HP Sync Chatterstore presents Travel Hotspot. Explore BC. टीवी देख रहे हो ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਪੱਟੂ ਸਤਿ ਸ਼੍ਰੀ ਅਕਾਲ ਮੈਂ ਕਰਨ ਚਾਵਲਾ ਕੀ ਹਾਲ ਚਾਲ ਕਰ ਇੱਕਦਮ ਫਸਟ ਕਲਾਸ ਤੁਸੀਂ ਦੱਸੋ ਕੀ ਹਾਲ ਹੈ ਵਧੀਆ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵੀ ਠੀਕ ਠਾਕ ਹੋਵੋਗੇ ਤੇ ਆ ਗਿਆ ਜੀ ਵੀਕਐਂਡ ਤੇ ਵੀਕਐਂਡ ਤੇ ਤੁਹਾਨੂੰ ਕਮਾਲ ਲੈ ਕੇ ਆਏ ਆ ਕਿੱਥੇ ਲੈ ਕੇ ਆਏ ਅੱਜ ਆਪਾਂ ਆਏ ਜੀ ਲੈਰੀਬਰਗ ਫਲਾਈਟ ਪਾਰਕ ਜਿੱਥੇ ਪਲੇਨ ਲੈਂਡ ਹੋ ਕੇ ਤੁਸੀਂ ਵਿਊ ਇੰਜੋਏ ਕਰ ਸਕਦੇ ਹੋ ਜੀ ਬਿਲਕੁਲ ਸੋ ਅੱਜ ਟਰੈਵਲ ਹਾਟਸਪੌਟ ਐਕਸਪਲੋਰ ਬੀਸੀ ਦੇ ਇਸ ਪ੍ਰੋਗਰਾਮ ਦਾ ਮੋਟਿਵ ਹੈ ਤੁਹਾਨੂੰ ਘੁਮਾਉਣਾ ਫਲਾਈਟ ਪਾਰਕਸ ਫਲਾਈਟ ਤੁਸੀਂ ਕਿੱਥੇ ਇੰਜੋਏ ਕਰ ਸਕਦੇ ਆ ਕਿੱਥੇ ਵਿਊ ਲੈ ਸਕਦੇ ਆ ਕਿ ਫਲਾਈਟ ਜਾ ਵੀ ਰਹੀਆਂ ਨੇ ਆ ਵੀ ਰਹੀਆਂ ਨੇ ਤੇ ਨਾਲ ਨਾਲ ਪਾਰਕ ਵੀ ਹੈਗੇ ਨੇ ਵਿਊ ਪੁਆਇੰਟ ਵੀ ਹੈਗੇ ਨੇ ਤੇ ਇੱਕ ਹੋਰ ਚੀਜ਼ ਹੈ ਇੱਕ ਹੈਗਾ ਜੀ ਤੁਹਾਨੂੰ ਵੈਨਕੂਵਰ ਦਾ ਸਭ ਤੋਂ ਮੋਸਟ ਫੇਮਸ ਫੈਕਟਰੀ ਆਊਟਲੈਟ ਕਹਿ ਸਕਦੇ ਹੋ ਸ਼ਾਪਿੰਗ ਮਾਲ ਕਹਿ ਸਕਦੇ ਹੈਗੇ ਹੋ ਤਾਂ ਜਿੱਥੇ ਤੁਸੀਂ ਸੁਣਿਆ ਹੋਣਾ ਮੈਕਆਰਥਰ ਗਲੈਨ ਜਾਂ ਟੈਂਪਲਟਨ ਸਟੇਸ਼ਨ ਲੱਗਦਾ ਜੇ ਤੁਸੀਂ ਟ੍ਰਾਂਜ਼ਿਟ ਲੈਂਦੇ ਹੈਗੇ ਹੋ ਜੀ ਤਾਂ ਉੱਥੇ ਤੁਹਾਨੂੰ ਡਿਸਕਾਊਂਟਡ ਪ੍ਰਾਈਸ 'ਚ ਜਿਹੜੇ ਤੁਸੀਂ ਆਈਟਮਸ ਬਾਏ ਕਰ ਸਕਦੇ ਹੋ ਸੋ ਆਪਾਂ ਫੈਕਟਰੀ ਆਊਟਲੈਟ ਵੀ ਵਿਜ਼ਿਟ ਕਰਾਂਗੇ ਅੱਜ ਮੈਕਆਰਥਰ ਗਲੈਨ ਜੀ ਬਿਲਕੁਲ ਸੋ ਮੈਕਆਰਥਰ ਜਾਵਾਂਗੇ ਆਊਟਲੈਟ ਐਕਸਪਲੋਰ ਕਰਾਂਗੇ ਫਲਾਈਟ ਪਾਰਕ ਐਕਸਪਲੋਰ ਕਰਾਂਗੇ ਤੇ ਵਿਊ ਪੁਆਇੰਟ ਐਕਸਪਲੋਰ ਕਰਾਂਗੇ ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ ਐਚਪੀ ਸਿੰਘ ਚੈਟਰ ਸਟੋਰ ਚੈਟਰ ਮੋਬਾਈਲ ਦੀਆਂ ਡੀਲਸ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਣਾ ਕਿ ਬਹੁਤ ਸਾਰੀਆਂ ਅਫੋਰਡੇਬਲ ਡੀਲਸ ਪ੍ਰੀਪੇਡ ਪਲਾਨਸ ਤੁਹਾਨੂੰ ਮਿਲਦੇ ਨੇ ਪਰ ਪਹੁੰਚਣਾ ਤੁਹਾਨੂੰ ਇੱਕ ਜਗ੍ਹਾ ਤੇ ਪੈਣਾ ਐਚਪੀ ਸਿੰਘ ਚੈਟਰ ਸਟੋਰ ਸੋ ਆਓ ਜੀ ਫਿਰ ਐਕਸਪਲੋਰ ਕਰਦੇ ਆ ਅੱਜ ਬੀਸੀ ਨੂੰ ਤੇ ਬੀਸੀ ਦੇ ਵਿੱਚ ਫਲਾਈਟ ਪਾਰਕ ਤੇ ਨਾਲ ਨਾਲ ਹੋਰ ਬਹੁਤ ਅਮੇਜ਼ਿੰਗ ਵਿਊਜ਼ ਹੈਗੇ ਨੇ ਉਹਨਾਂ ਨੂੰ ਦੇਖਦੇ ਆ ਆਓ ਜੀ ਚੱਲਿਓ ਲੈਟਸ ਗੋ ਹਾਂਜੀ ਅਰਸ਼ੀ ਤੇ ਫਿਰ ਇੱਥੇ ਪਾਰਕ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਇੱਕ 에ਅਰ ਸਟ੍ਰਿਪ ਦੇ ਜੋ ਕਿ ਰੋਡ ਸਟ੍ਰਿਪ ਬਣਾਇਆ ਹੋਇਆ ਹੈ ਪ੍ਰੋਪਰ ਇੱਕ ਆਈਡੀਆ ਦੇਣ ਲਈ ਤਾਂ ਆਪਾਂ ਜਿਸ ਤੇ ਖੜੇ ਹੈਗੇ ਆ ਤੇ ਤੁਸੀਂ ਅਰਸ਼ੀ ਤੇ ਪਿੱਛੇ ਦੇਖ ਸਕਦੇ ਹੋ ਜੀ ਅਰਸ਼ੀ ਬਿਲਕੁਲ ਕਰਨ ਅੱਜ ਅਸੀਂ ਪਹੁੰਚੇ ਹੋਏ ਆ ਲੈਰੀਬਰਗ ਫਲਾਈਟ ਪਾਥ ਪਾਰਕ ਇਹਦਾ ਪੂਰਾ ਨਾਮ ਹੈ ਸੋ ਇਹਨੂੰ ਫਲਾਈਟ ਪਾਰਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਾਫੀ ਪੁਰਾਣਾ ਬਣਾਇਆ ਗਿਆ ਤਾਂ ਕਿ ਲੋਕ ਇੱਥੇ ਇੰਜੋਏ ਕਰ ਸਕਣ ਆ ਕੇ ਫਲਾਈਟ ਨੂੰ ਦੇਖ ਸਕਣ ਕਿ ਜਦੋਂ ਪਲੇਨ ਜਮਾ ਸਿਰ ਦੇ ਉੱਤੋਂ ਦੀ ਜਾਂਦੇ ਆ ਜਦੋਂ ਦੇਖਦੇ ਆ ਅਸੀਂ ਕਿ ਸਾਹਮਣੇ ਹੀ ਰਨਵੇ ਜਿਹੜਾ ਬਣਿਆ ਹੋਇਆ ਇਹ ਚੀਜ਼ਾਂ ਬਹੁਤ ਘੱਟ ਥਾਵਾਂ ਤੇ ਦੇਖਣ ਨੂੰ ਮਿਲਦੀਆਂ ਕਰਨ ਜਦੋਂ ਅਸੀਂ ਆ ਦਿੱਲੀ ਵਾਲੇ 에ਅਰਪੋਰਟ ਤੇ ਜਾਂਦੇ ਆ ਹਾਂਜੀ ਹਾਂਜੀ ਬਹੁਤ ਦੂਰੋਂ ਇੱਕ ਸਾਈਡ ਤੋਂ ਜਾ ਕੇ ਪਲੇਨ ਖੜਾ ਦੇਖਦਾ ਪਰ ਇਹ ਹੈ ਕਿ ਤੁਸੀਂ ਬਹੁਤ ਨੇੜੇ ਨਹੀਂ ਜਾ ਸਕਦੇ ਇੱਥੇ ਤੁਸੀਂ ਦੇਖੋ ਕਿ ਬਿਲਕੁਲ ਜੇ ਬਿਲਕੁਲ ਸਾਹਮਣੇ ਆ ਔਰੇਂਜ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖ ਰਹੀਆਂ ਇਹ ਸਾਰਾ ਰਨਵੇ ਇੱਥੇ ਹੀ ਜਾ ਰਹੇ ਨੇ ਇੱਥੇ ਹੀ ਉੱਡ ਰਹੇ ਨੇ ਸੋ ਅਰਾਈਵਲ ਡਿਪਾਰਚਰ ਹੁੰਦੇ ਜਹਾਜ਼ ਅਸੀਂ ਜਿਹੜੇ ਆ ਉਹ ਦੇਖ ਸਕਦੇ ਆ ਸੋ ਨਾਲ ਹੀ ਫਲਾਈਟ ਪਾਰਕ ਹੀ ਬਣਾਤਾ ਟੂਰਿਜ਼ਮ ਨੂੰ ਅਟਰੈਕਟ ਕਰਨ ਦੇ ਲਈ ਬੱਚਿਆਂ ਨੂੰ ਤੇ ਥੋੜੀਆਂ ਥੋੜੀਆਂ ਉਹਦੇ ਨਾਲ ਰਿਲੇਟਡ ਚੀਜ਼ਾਂ ਤੇ ਇਨਫੋਰਮੇਸ਼ਨ ਵੀ ਲਿਖੀ ਹੋਈ ਹੈ ਸੋ ਇਹ ਜਦੋਂ ਪਾਰਕ ਦੇਖਦੇ ਆ ਤੇ ਜਿਹੜੇ ਜਹਾਜ਼ ਦੇ ਖੰਭ ਹੁੰਦੇ ਆ ਉਹਨਾਂ ਵਰਗੇ ਬੈਂਚਸ ਵੀ ਲਗਾਏ ਹੋਏ ਨੇ ਤਾਂ ਕਿ ਉਹ ਫਲਾਈਟ ਦਾ ਇੱਕ ਫੀਲ ਆਵੇ ਸਾਹਮਣੇ ਬਿਲਕੁਲ ਇੱਕ ਜਹਾਜ਼ ਜਾ ਰਿਹਾ ਤੇ ਜੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਕੈਮਰਾ ਉਹਨੂੰ ਕੈਪਚਰ ਕਰ ਸਕੇ ਸੋ ਬਿਲਕੁਲ ਸਿਰ ਉੱਤੋਂ ਦੀ ਜਾਂਦਾ ਤੇ ਆਹ ਜਿਹੜਾ ਪਾਥਵੇ ਬਣਿਆ ਹੋਇਆ ਇੱਥੇ ਖੜ ਕੇ ਤੁਸੀਂ ਬਿਲਕੁਲ ਆਪਣੇ ਸਿਰ ਉੱਤੋਂ ਦੇ ਜਹਾਜ਼ ਨੂੰ ਜਾਂਦਾ ਜਿਹੜਾ ਉਹ ਦੇਖ ਸਕਦੇ ਹਾਂ ਤੇ ਬਹੁਤ ਨੀਵਾ ਜੀ 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 ਇਹ ਨਹੀਂ ਕਿ ਬਹੁਤ ਉੱਚਾ ਜਾ ਰਿਹਾ ਤੇ ਮੈਂ ਇਹਦੇ ਨਾਲ ਐਡ ਅਪ ਆ ਕਰਨਾ ਚਾਹੂੰਗਾ ਅਰਸ਼ੀ ਕਿ ਜਿਹੜਾ ਇਹਨਾਂ ਨੇ ਆ ਪ੍ਰੋਪਰ ਡਿਜ਼ਾਈਨਿੰਗ ਦਿੱਤੀ ਹੋਈ ਹੈ 에ਅਰ ਸਟ੍ਰਿਪ ਦੀ ਜੀ ਇਹ ਇੱਕ ਇਹਨਾਂ ਦਾ ਆਪਣੇ ਜਿਹੜੇ ਸਿਗਨਲਸ ਹੈਗੇ ਜਿਵੇਂ ਰਾਤ ਨੂੰ ਆਪਾਂ ਪਲੇਨ ਤੋਂ ਜਦ ਆਉਂਦੇ ਤਾਂ ਲਾਈਟਾਂ ਤਾਂ ਦਿਖਦੀਆਂ ਜਿੱਥੇ ਤੁਸੀਂ ਔਰੇਂਜ ਔਰੇਂਜ ਕਹਿ ਰਹੇ ਹੋ ਰਨਵੇ ਤੇ ਜੀ ਜੀ ਬਟ ਇਹਦੇ ਨਾਲ ਹੀ ਇੱਕ ਰਾਤ ਨੂੰ ਪਾਰਕ ਦੇ ਪ੍ਰੋਪਰ ਐਕਸਪੀਰੀਅੰਸ ਦੇਣ ਲਈ ਆ ਵੀ ਰਾਤ ਨੂੰ ਲਾਈਟਾਂ ਜਗਦੀਆਂ ਜੇ ਕੋਈ ਸਾਡੇ ਆਪਣੇ ਦਰਸ਼ਕ ਰਾਤ ਨੂੰ ਵਿਜ਼ਿਟ ਕਰਨ
ਇਹ ਬਹੁਤ ਹੀ ਇੱਕ ਡਿਫਰੈਂਟ ਐਕਸਪੀਰੀਅੰਸ ਜਿਹਾ ਮਿਲਦਾ ਕਿ ਇੱਥੇ ਵੀ ਲਾਈਟ ਜਗਦੀ ਐ ਫੀਲ ਹੁੰਦਾ ਜਿਵੇਂ ਆਪਣੀ ਰਨਵੇ ਤੇ ਹੈ ਰਨਵੇ ਤੇ ਹੈ ਰਨਵੇ ਦੀ ਇੱਕ ਫੀਲ ਜਿਹੜੀ ਆ ਉਹ ਦਿੱਤੀ ਹੋਈ ਆ ਸੋ ਇਹ ਫਲਾਈਟ ਪਾਰਕ ਬਹੁਤ ਸਾਰੇ ਲੋਕ ਜਿਹੜੇ ਆ ਕੇ ਇੱਥੇ ਟਾਈਮ ਸਪੈਂਡ ਕਰਦੇ ਨੇ ਤੁਸੀਂ ਸੱਜੇ ਪਾਸੇ ਸਾਡੇ ਦੇਖ ਸਕਦੇ ਹੈਗੇ ਆ ਕਿ ਬੱਚੇ ਜਿਹੜੇ ਨੇ ਉਹ ਬੈਠੇ ਨੇ ਫੈਮਲੀਆਂ ਬੈਠੀਆਂ ਨੇ ਤੇ ਬੱਚਿਆਂ ਨੂੰ ਹੁਣ ਆਫੀਸ਼ੀਅਲੀ ਛੁੱਟੀਆਂ ਹੋ ਚੁੱਕੀਆਂ ਨੇ ਤੇ ਬੱਚਿਆਂ ਨੂੰ ਕਿਤੇ ਨਾ ਕਿਤੇ ਲਿਆਉਂਦੇ ਨੇ ਪੇਰੈਂਟਸ ਜਿੱਦਣ ਉਹਨਾਂ ਦੀ ਖੁਦ ਦੀ ਛੁੱਟੀ ਹੁੰਦੀ ਆ ਸੋ ਇਹ ਇੱਕ ਵਧੀਆ ਪਿਕਨਿਕ ਸਪੌਟ ਡੇ ਪਿਕਨਿਕ ਸਪੌਟ ਵੀ ਹੋ ਸਕਦਾ ਕਿਉਂਕਿ ਤੁਸੀਂ ਬੈਂਚਸ ਦੇਖ ਸਕਦੇ ਆ ਇਹ ਲੱਗੇ ਹੋਏ ਨੇ ਕਿ ਤੁਸੀਂ ਇੱਥੇ ਬੈਂਚ ਦੇ ਉੱਤੇ ਆ ਕੇ ਬੈਠੋ ਆ ਕੇ ਤੁਸੀਂ ਆਪਣਾ ਫੂਡ ਇੰਜੋਏ ਕਰੋ ਤੇ ਨਾਲ ਨਾਲ ਤੁਸੀਂ ਵਿਊ ਨੂੰ ਇੰਜੋਏ ਕਰੋ ਕਿਉਂਕਿ ਫਲਾਈਟ ਹਰ ਮਿੰਟ ਜਿਹੜੀਆਂ ਨੇ ਆਉਂਦੀਆਂ ਨੇ ਤੇ ਬਿਜ਼ੀਐਸਟ 에어ਪੋਰਟ ਹੈ ਵੈਨਕੂਵਰ ਦਾ ਤੇ ਸੌਰੀ ਹਰਜੀ ਮੈਂ ਤੁਹਾਨੂੰ ਕੱਟ ਕਰ ਰਿਹਾ ਹੈਗਾ ਤੇ ਤੁਸੀਂ ਇਹਦੇ ਨਾਲ ਕੰਟੀਨਿਊ ਕਰ ਸਕਦੇ ਤਾਂ ਮੇਬੀ ਸਾਨੂੰ ਲੱਗਿਆ ਸੀਗਾ ਹਵਾ ਦੇ ਨਾਲ ਨਾਲ ਇੱਥੇ ਡਾਇਰੈਕਸ਼ਨ ਚੇਂਜ ਹੋ ਗਈ ਇੱਥੇ ਡੋਮੈਸਟਿਕ ਫਲਾਈਟਸ ਵੀ ਉਤਰਦੀਆਂ ਬਟ ਹੁਣ ਕੁਦਰਤੀ ਸ਼ਾਇਦ ਆ ਰਹੀ ਹੈ ਇੱਕ ਫਲਾਈਟ ਤੁਹਾਡੇ ਉੱਪਰ ਜੀ ਤੇ ਤੁਸੀਂ ਜੇ ਪਿੱਛੇ ਦੇਖੋ ਬਿਲਕੁਲ ਤੇ ਇੱਕਦਮ ਅੱਛਾ ਬਹੁਤ ਹੀ ਅੱਛਾ ਲੱਗਦਾ ਜੇ ਆਪਾਂ ਰਾਤ ਨੂੰ ਵੀ ਆਂਦੇ ਨਾ ਤਾਂ ਬੜਾ ਕਲੋਸ ਲੁੱਕ ਮਿਲਦਾ ਹੈਗਾ ਰਾਤ ਨੂੰ ਪਲੇਨ ਦੀਆਂ ਲਾਈਟਸ ਵੀ ਆਨ ਹੁੰਦੀਆਂ ਨੇ ਤੇ ਇਹ ਰਨਵੇ ਜਿਹੜਾ ਇੱਥੇ ਬਣਾਇਆ ਹੋਇਆ ਤੁਰਨ ਵਾਲਿਆਂ ਦੇ ਲਈ ਉਹ ਵੀ ਆਨ ਹੁੰਦੀਆਂ ਨੇ ਸੋ ਤੁਸੀਂ ਦੇਖ ਸਕਦੇ ਆ ਬਿਲਕੁਲ ਆਪਣੇ ਪਿੱਛੋਂ ਦੀ ਜਿਹੜਾ ਪਲੇਨ ਜਾ ਰਿਹਾ ਹੈਗਾ ਤੇ ਇੰਨਾ ਨੀਵਾ ਵਿਊ ਦੇਖਣਾ ਜਿਹੜਾ ਉਹ ਇੱਥੇ ਹੀ ਮੁਮਕਿਨ ਹੋ ਸਕਦਾ ਬਹੁਤ ਛੋਟਾ ਪਲੇਨ ਹੈ ਜੀ ਡੋਮੈਸਟਿਕ ਪਲੇਨ ਜਿਵੇਂ ਤੁਸੀਂ ਕਿਹਾ ਸੀ ਕਿ ਇਹ ਦੇਖ ਸਕਦੇ ਆ ਪਰ ਅਸੀਂ ਵਿਊ ਪੁਆਇੰਟਸ ਤੇ ਉੱਥੇ ਵੀ ਜਾਵਾਂਗੇ ਜਿੱਥੇ ਵੱਡੇ ਪਲੇਨ ਵੀ ਤੁਸੀਂ ਦੇਖ ਸਕਦੇ ਆ ਬਿਲਕੁਲ ਸਿਰ ਦੇ ਉੱਤੋਂ ਦੀ ਜਾਂਦੇ ਹੋਏ ਤੇ ਕਈ ਵਾਰੀ ਤੇ ਲੱਗਦਾ ਹੁੰਦਾ ਬਿਲਡਿੰਗ 'ਚ ਤਾਂ ਨਹੀਂ ਵੱਜ ਜਾਣਗੇ ਪਰ ਜਦੋਂ ਪਲੇਨ ਅਸੀਂ ਦੇਖਦੇ ਆ ਬਹੁਤ ਉੱਚਾ ਹੁੰਦਾ ਸਾਡੇ ਤੋਂ ਪਰ ਦੇਖਣ ਨੂੰ ਨੀਵਾਂ ਲੱਗਦਾ ਹੁੰਦਾ ਕਿ ਜਦੋਂ ਆਪਾਂ ਵਿੱਚ ਬੈਠਦੇ ਆ ਉਦੋਂ ਬਹੁਤ ਵੱਡਾ ਤੇ ਜਦੋਂ ਸਮਾਨ ਚੁੱਟਦਾ ਤਾਂ ਉਦੋਂ ਲੱਗਦਾ ਹੁੰਦਾ ਬਹੁਤ ਛੋਟਾ ਹੁਣ ਤੁਸੀਂ ਦੇਖੋ ਉਹ ਜਿਹੜਾ ਸਾਹਮਣੇ ਤੋਂ ਆ ਰਿਹਾ ਸੀ ਉਹ ਡਾਇਰੈਕਸ਼ਨ ਚੇਂਜ ਕਰ ਗਿਆ ਸੋ ਇਹ ਆਪਣੇ ਸਿਰ ਦੇ ਉੱਤੋਂ ਦੀ ਨਿਗਾਹ ਸੋ ਇਧਰ ਅਰਾਈਵਲਸ ਹੋ ਰਹੀਆਂ ਨੇ ਤੇ ਬਹੁਤ ਫਲਾਈਟਾਂ ਜਿਹੜੀਆਂ ਆਉਂਦੀਆਂ ਨੇ ਹਰ ਮਿੰਟ ਤਕਰੀਬਨ ਫਲਾਈਟ ਆ ਰਹੀ ਹੈ ਡਾਇਰੈਕਸ਼ਨ ਅਲੱਗ ਹੋ ਸਕਦੀ ਹੈ ਵਿਊ ਪੁਆਇੰਟ ਅਲੱਗ ਹੋ ਸਕਦੇ ਆ ਤੇ ਬਿਜ਼ੀਐਸਟ 에어ਪੋਰਟ ਜਿਵੇਂ ਮੈਂ ਕਿਹਾ ਕਿ ਬਿਜ਼ੀਐਸਟ 에어ਪੋਰਟ ਹੈਗਾ ਵੈਨਕੂਵਰ ਦਾ ਤੇ ਵੈਨਕੂਵਰ ਦਾ 에어ਪੋਰਟ ਆਪਣੇ ਆਪ ਦੇ ਵਿੱਚ ਹੀ ਬੜਾ ਖੂਬਸੂਰਤ ਹੈ ਕਰਨ ਸੋ 에어 ਕੈਨੇਡਾ ਦਾ ਤੁਸੀਂ ਦੇਖ ਸਕਦੇ ਆ ਕਿ ਜਿੱਥੇ ਜਿਹੜੇ ਉਹਨਾਂ ਦੇ ਜਹਾਜ਼ ਦੀ ਕੋਈ ਟੈਕਨੀਕਲ ਪ੍ਰੋਬਲਮ ਆ ਜਾਏ ਜਾਂ ਉਹਨਾਂ ਨੂੰ ਮੇਨਟੇਨੈਂਸ ਜਿਹੜੀ ਕੀਤੀ ਜਾਂਦੀ ਹੈ ਸੋ ਔਰ ਸਪੈਸ਼ਲ ਜਿਹੜਾ 에어 ਕੈਨੇਡਾ ਦਾ ਬਣਿਆ ਹੋਇਆ ਤੇ ਫਲਾਈਟਸ ਉਧਰ ਦੇਖੋ ਰੈਡੀ ਹੋ ਰਹੀਆਂ ਜੀ ਰਨਵੇ ਦੇ ਉੱਤੇ ਕਿ ਰੈਡੀ ਹੋਣਗੀਆਂ ਕਿ ਉਹਦੇ ਵਿੱਚ ਕੋਈ ਆ ਰਹੀ ਹੈ ਕੋਈ ਜਾ ਰਹੀ ਹੈ ਸੋ ਫਲਾਈਟ ਕਹਿੰਦੇ ਨੇ ਦੁਨੀਆ ਦੇ ਵਿੱਚ ਇਹ ਮੇਲਾ ਹੀ ਲੱਗਿਆ ਹੋਇਆ ਫਲਾਈਟ ਵੀ ਇਦਾਂ ਹੀ ਆ ਕਿ ਕੋਈ ਘੁੰਮਣ ਜਾ ਰਿਹਾ ਕੋਈ ਘੁੰਮ ਕੇ ਵਾਪਸ ਆ ਰਿਹਾ ਤੇ ਨਾਲ ਨਾਲ ਇੱਥੇ ਬੈਠ ਕੇ ਜਿਹੜੇ ਕਿਤੇ ਨਹੀਂ ਵੀ ਜਾ ਰਹੇ ਉਹ ਵੀ ਇੰਜੋਏ ਕਰ ਸਕਦੇ ਆ ਸੋ ਉਧਰ ਪੂਰਾ ਲਿਖਿਆ ਹੋਇਆ ਕਿ ਆਸਟ੍ਰੇਲੀਆ ਕਿੰਨੀ ਦੂਰ ਹੈ ਸਿਡਨੀ ਕਿੰਨੀ ਦੂਰ ਹੈ ਸੋ ਉਹ ਮੈਪ ਦੇ ਉੱਤੇ ਵੀ ਜਾ ਕੇ ਦੇਖਦੇ ਆ ਕਿ ਕੁਝ ਹੈਗਾ ਸੋ ਨਾਲ ਨਾਲ ਇਨਫੋਰਮੇਸ਼ਨਸ ਵੀ ਦਿੱਤੀਆਂ ਹੋਈਆਂ ਨੇ ਕਿ 1931 ਦੇ ਵਿੱਚ ਕਿਸ ਤਰ੍ਹਾਂ ਸੀ ਫਿਰ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਸੀ ਪਲੇਨ 에어ਪੋਰਟ ਕਿਸ ਤਰ੍ਹਾਂ ਦਾ ਸੀ ਪਲੇਨ ਕਿਵੇਂ ਆਪਰੇਟ ਕਰਦੇ ਸੀ ਉਹ ਸਾਰੀ ਇਨਫੋਰਮੇਸ਼ਨ ਹੈ ਤੇ ਤੁਹਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਾਂਗੇ ਪਰ ਇਹ ਹੈ ਕਿ ਇੱਕ ਤਾਂ ਵੈਦਰ ਬੜਾ ਵਧੀਆ ਤੇ ਇੱਕ ਮੇਨਟੇਨੈਂਸ ਤੁਸੀਂ ਦੇਖੋ ਅਜੇ ਵੀ ਕੰਸਟਰਕਸ਼ਨ ਜਿਹੜੀ ਆ ਫਰੰਟ ਦੇ ਉੱਤੇ ਚੱਲ ਰਹੀ ਹੈਗੀ ਆ ਸੋ ਫਰੰਟ ਦੇ ਉੱਤੇ ਵੀ ਪਾਰਕਿੰਗ ਹੈਗੀ ਆ ਇਸ ਪਾਰਕ ਦੀ ਤੇ ਬੈਕ ਦੇ ਉੱਤੇ ਰਨਵੇ ਦੇ ਕੋਲ ਵੀ ਪਾਰਕਿੰਗ ਹੈਗੀ ਆ ਸੋ ਆਪਾਂ ਪਹੁੰਚ ਚੁੱਕੇ ਆ ਜੀ ਜਿੱਥੇ ਬੈਂਚਸ ਲੱਗੇ ਹੋਏ ਨੇ ਸੋ ਯੂ ਕੈਨ ਸੀ ਤੁਸੀਂ ਹੁਣ ਤੁਸੀਂ ਜਿਹੜੇ ਆਪਾਂ ਹੁਣ ਏਰੀਆ ਤੇ ਆ ਗਏ ਹੁਣ ਜਿਹੜਾ ਇੱਕ ਡਿਜ਼ਾਈਨ ਮੈਪ ਦਾ ਬਣਾਇਆ ਇਹ ਵੀ ਇੱਕ ਐਜੂਕੇਸ਼ਨਲ ਪਰਪਸਿਸ ਤੇ ਬਣਾਇਆ ਬੱਚਿਆਂ ਦੇ ਲਈ ਜਿਵੇਂ ਸੋ ਕੋਲੰਬੀਆ ਜੇ ਕਿਸੇ ਨੇ ਜਾਣਾ ਤਾਂ 6800 ਕਿਲੋਮੀਟਰ ਕੋਲੰਬੀਆ ਹੈਗਾ ਬ੍ਰਾਜ਼ੀਲ 11035 ਕਿਲੋਮੀਟਰ ਹੈਗਾ ਆ ਸੋ ਸਾਊਥ ਇਹ ਸਾਊਥ ਸਾਈਡ ਆ ਜਾਂਦੀ ਹੈ ਜਿਹੜੀ ਆ 에어ਪੋਰਟ ਦੀ ਆ ਸੋ ਐਟਲੈਂਟਿਕ ਓਸ਼ਨ ਇੱਥੇ ਆ ਸੋ ਸਾਰਾ ਮੈਪ ਮੈਨੂੰ ਲੱਗਦਾ ਇਟਸ ਕਾਈਂਡ ਆਫ ਅ ਵਰਲਡ ਮੈਪ ਸੋ ਇੱਥੇ ਮਾਲਦੀ ਦੇ ਵਿੱਚ ਜਾਣਾ ਸੋ ਬੱਚੇ ਚੜ ਰਹੇ ਹੈਗੇ ਨੇ ਸੋ ਆਪਾਂ ਵੀ ਜਾ ਸਕਦੇ ਆ ਇਹਦੇ ਉੱਤੇ ਸੋ ਉੱਪਰ ਜੇ ਆਉਂਗੇ ਕਰਨ ਇਹ ਵੀ ਬਹੁਤ ਹੀ ਵਧੀਆ ਵਿਊ ਹੈਗਾ ਤੁਸੀਂ ਆ ਕੇ ਦੇਖੋਗੇ ਇਹਦਾ ਇੱਥੇ ਤੁਸੀਂ ਮਾਲਦੀ ਦੇ ਉੱਤੇ ਖੜੇ ਹੈਗੇ ਆ ਲਓ ਜੀ ਮੈਂ ਤਾਂ ਮਾਲੀ ਪਹੁੰਚ ਗਈ ਹੁਣ ਆਪਾਂ ਪਹੁੰਚ ਗਏ ਆ ਜੀ ਲੰਡਨ ਜਾਣਾ ਕਰਨ ਦੇਰ ਵੀ ਗੋ ਆਈ ਐਮ ਇਨ ਲੰਡਨ ਜੀ ਪਾਵਰ ਮਿਲੇ ਹਾਂ ਜੀ ਤੁਰ ਕੇ ਚਲੇ ਜੀ ਐਮਸਟਰਡਮ ਚਲ ਗਈ ਮੈਂ ਫਿਰ ਅਸੀਂ ਡੈਨਮਾਰਕ ਵੀ ਆ ਗਏ ਆ ক্লোਜ਼ ক্লোਜ਼ ਆ ਸਾਰੇ ਦੇਖੋ ਤੁਸੀਂ ਫਿਰ ਜਰਮਨੀ ਇੱਥੇ ਹੈਗਾ ਇੰਨੀ ক্লোਜ਼ ਤਾਂ ਨਹੀਂ ਪਰ ਮੈਪ 'ਚ ক্লোਜ਼ ਲੱਗਦਾ ਸੋ ਆ ਰੋਮ ਹੈਗਾ ਜੀ ਇਟਲੀ ਆ ਟੁਨਿਸ ਹੈਗਾ 9400 ਕਿਲੋਮੀਟਰ ਫਿਰ ਇੱਧਰ ਨੂੰ ਜਦੋਂ ਤੁਸੀਂ ਜਾਣੇ ਹੈਗੇ ਆ ਤਾਂ ਇਜਿਪਟ ਹੈਗਾ ਜੀ ਤੇ ਫਿਰ ਮੇਰੀ ਫੇਵਰੇਟ ਡੈਸਟੀਨੇਸ਼ਨ ਦੁਬਈ ਦੇਰ ਯੂ ਗੋ ਬਿਊਟੀਫੁਲ ਜਿਹੜਾ ਦੁਬਈ ਸੋ ਇਹ ਚੀਜ਼ਾਂ ਨੇ ਇੱਥੇ ਆ ਕੇ ਬੱਚੇ ਜਿਹੜੇ ਨੇ ਉਹ ਐਕਸਪਲੋਰ ਕਰਦੇ ਨੇ ਆ ਪੂਰਾ ਹੀ ਤਰ੍ਹਾਂ ਦਾ ਬਣਿਆ ਹੋਇਆ ਕਿ ਤੁਸੀਂ ਇੱਥੇ ਇੰਜੋਏ ਕਰ ਸਕਦੇ ਆ ਤੇ ਜਿਹੜਾ ਦੇਖ ਜਾਣਾ ਇੱਥੋਂ ਜਿਹੜਾ ਜਾ ਸਕਦੇ ਆ ਸੋ ਜਿੱਥੇ ਕਰਨ ਆਪਾਂ ਦੇਖ ਰਹੇ ਹੈਗੇ ਆ ਕਿ ਇੱਕ ਪਲੇਨ ਦੀ ਸ਼ੇਪ ਦੇ ਵਿੱਚ ਵਿੰਗਸ ਦੀ ਸ਼ੇਪ ਦੇ ਵਿੱਚ ਇਨਫੋਰਮੇਸ਼ਨ ਵੀ ਦਿੱਤੀ ਹੋਈ ਹੈ ਸੋ ਇਨਫੋਰਮੇਸ਼ਨ ਨੂੰ ਦੇਖਦੇ ਹਾਂ ਕਿ ਕੀ ਕੁਝ ਲਿਖਿਆ ਹੋਇਆ ਜੀ
ਸੋ ਡਿਜ਼ਾਈਨ ਹੈ ਜੀ ਕਿਵੇਂ ਡਿਜ਼ਾਈਨ ਕੀਤਾ ਜੀ ਆਹੀ ਪਾਰਕ ਨੂੰ ਡਿਜ਼ਾਈਨਿੰਗ ਦਾ ਸਾਰਾ ਇਹਨਾਂ ਨੇ ਪੂਰਾ ਆਰਕੀਟੈਕਚਰਲ ਵੀ ਤੇ ਨਾਨੀ ਉਹੀ ਸੇਮ ਵੇ ਚ ਕਿ ਆਡੀਅנס ਇੱਥੇ ਆ ਕੇ ਥੋੜਾ ਜਿਹਾ ਇੱਕ ਪ੍ਰੋਪਰ ਐਕਸਪੀਰੀਅੰਸ ਲੈ ਸਕਣ ਜੀ ਬਿਲਕੁਲ ਇਹ ਪਾਰਕ ਅੰਡਰ ਅ ਫਲਾਈਟ ਪਾਥ ਰਿਕੁਆਇਰਸ ਐਕਸਟਰਾ ਪਲੈਨਿੰਗ ਸੋ ਇਹਨੂੰ ਐਕਸਟਰਾ ਪਲੈਨਿੰਗ ਦੇ ਨਾਲ ਜਿਹੜਾ ਉਹ ਤਿਆਰ ਕੀਤਾ ਗਿਆ ਤੁਸੀਂ ਦੇਖੋ ਕਿ ਜਦੋਂ ਇੱਥੇ ਫੁੱਲ ਵਗੈਰਾ ਹੋਣਗੇ ਤਾਂ ਇਸ ਤਰ੍ਹਾਂ ਦੀ ਕੁਝ ਬਿਊਟੀ ਜਿਹੜੀ ਆ ਤੁਹਾਨੂੰ ਨਜ਼ਰ ਆਏਗੀ ਸੋ ਇਹ ਇੱਕ ਤਰ੍ਹਾਂ ਦੇ ਨਾਲ ਇੰਜੋਏ ਕਰਨ ਦੇ ਲਈ ਲੋਕਾਂ ਨੂੰ ਇਨਫੋਰਮੇਸ਼ਨ ਦੇਣ ਦੇ ਲਈ ਜਿਹੜਾ ਕ੍ਰੀਏਟ ਕੀਤਾ ਗਿਆ ਤੇ ਐਕਸਟਰਾ ਕੌਸ਼ੀਅਸ ਹੋ ਕੇ ਸਾਰੀ ਇਨਫੋਰਮੇਸ਼ਨ ਲੈ ਕੇ ਜਿਹੜਾ ਇਹਨੂੰ ਤਿਆਰ ਕੀਤਾ ਗਿਆ ਇੱਧਰ ਤੁਸੀਂ ਦੇਖ ਸਕਦੇ ਆ ਕਿ ਸਕੈਨਿੰਗ ਦ ਸਕਾਈ ਐਂਡ ਗਰਾਊਂਡ ਸੋ ਤੁਸੀਂ ਸਕਾਈ ਨੂੰ ਸਕੈਨ ਕਰ ਸਕਦੇ ਆ ਫਿਰ ਫਲਾਈਟਾਂ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਜਾਂਦੀਆਂ ਨੇ ਉਹ ਦੇਖ ਸਕਦੇ ਹੈਗੇ ਆ ਸੋ ਇੱਧਰੋਂ ਤੁਸੀਂ ਦੇਖ ਸਕਦੇ ਆ ਕਿ ਸੇਫਟੀ ਵੀ ਜਿਹੜੀ ਆ ਉਹ ਦੱਸੀ ਗਈ ਆ ਕਨਵਰਸੇਸ਼ਨ ਮੀਟ ਸੇਫਟੀ ਸੋ ਇੱਥੇ ਜਿਹੜੇ ਪੰਛੀ ਵੀ ਹੈਗੇ ਨੇ ਬੋਟਿੰਗ ਵੀ ਹੈਗੀ ਆ ਸੀ ਪਲੇਨ ਵੀ ਇੱਥੇ ਜਿਹੜਾ ਦੇਖ ਸਕਦੇ ਹੈਗੇ ਆ ਕਿ ਵਿਊ ਕਿੱਥੇ ਆ ਸੋ ਬਹੁਤ ਚੀਜ਼ਾਂ ਨੇ ਤੇ ਆਪਾਂ ਬਸ ਇਹਦੇ 'ਚ ਇੱਕ ਆਪਾਂ ਆਪ ਵੀ ਦੱਸ ਦਈਏ ਕਿ ਇੱਥੇ ਡੈਫੀਨੇਟਲੀ ਅੱਜ ਅਸੀਂ ਵੀ ਜੀ ਸੇਫਟੀ ਨੂੰ ਸਾਰਾ ਜਿਵੇਂ ਅਰਜੀ ਨੇ ਮੈਂਸ਼ਨ ਕੀਤਾ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਡਰੋਨ ਜੀ ਨਹੀਂ ਲੈ ਕੇ ਆਏ ਕਿਉਂਕਿ ਓਬਵੀਅਸ ਜੀ ਗੱਲ ਹੈਗੀ ਹੈ ਇੱਥੇ ਡਰੋਨ ਉੱਡਣਾ ਹੀ ਨਹੀਂ ਹੈਗਾ ਕਰਨ ਜਿੱਥੇ ਹੋਵੇ ਉੱਥੇ ਡਰੋਨ ਨਾ ਹੋਵੇ ਹੋ ਨਹੀਂ ਸਕਦਾ ਅਸੀਂ ਕੋਸ਼ਿਸ਼ ਕੀਤੀ ਹੈ ਪਿਛਲੇ ਐਪੀਸੋਡਸ ਦੇ ਵਿੱਚ ਵੀ ਤੁਹਾਨੂੰ ਡਰੋਨ ਤੋਂ ਈਗਲ ਆਈ ਤੋਂ ਦਿਖਾਉਣ ਦੀ ਕਿ ਵਿਊ ਕਿਸ ਤਰ੍ਹਾਂ ਲੱਗਦੇ ਪਰ ਇੱਥੇ ਨਹੀਂ ਇੱਥੇ ਨਾਮੁਮਕਿਨ ਹੈ ਕਿਉਂਕਿ ਇੱਥੇ ਵਾਈਟ ਏਰੀਆ ਤੇ ਇਹਦੇ ਵਿੱਚ ਤਾਂ ਡਰੋਨ ਨੇ ਆਪ ਹੀ ਨਹੀਂ ਉੱਡਣਾ ਸਾਨੂੰ ਤਾਂ ਕਹਿਣ ਦੀ ਲੋੜ ਹੀ ਨਹੀਂ ਅਸੀਂ ਇੱਕ ਜਗ੍ਹਾ ਦੇ ਉੱਤੇ ਪਹਿਲਾਂ ਵੀ ਗਏ ਸੀਗੇ ਉੱਥੇ ਅਸੀਂ ਟ੍ਰਾਈ ਕੀਤੀ ਸੀ ਕਿਉਂਕਿ ਏਅਰਪੋਰਟ ਕਾਫੀ ਦੂਰ ਸੀ ਯਾਨੀ ਕਿ 10-12 ਕਿਲੋਮੀਟਰ ਸੀ ਪਰ ਫਿਰ ਵੀ ਡਰੋਨ ਖੁਦ ਹੀ ਨਹੀਂ ਉੱਡਿਆ ਨਾ ਸਿਆਣਾ ਡਰੋਨ ਤੇ ਡਰੋਨ ਵੀ ਅੱਜਕੱਲ ਸਿਆਣੀ ਹੋ ਗਿਆ ਤੇ ਉਹਨਾਂ ਨੇ ਸਪੈਸ਼ਲੀ ਪਾਰਕ ਦੇ ਬਾਹਰ ਵੀ ਲਿਖਿਆ ਹੋਇਆ ਕਿ ਨੋ ਡਰੋਨ ਰਿਸਟ੍ਰਿਕਟਡ ਏਰੀਆ ਜਿਹੜਾ ਰਿਸਟ੍ਰਿਕਟ ਕੀਤਾ ਹੋਇਆ ਡਰੋਨ ਨੂੰ ਸੋ ਨੋ ਡਰੋਨ ਬਟ ਬਿਲਕੁਲ ਵੀ ਕੋਈ ਕਿਸੇ ਵੀ ਟਾਈਪ ਦੇ ਡਰੋਨ ਹੋ ਚਾਹੇ ਉਹ ਕੋਈ ਵੀ ਹੋਣ ਆਪਾਂ ਬਿਲਕੁਲ ਵੀ ਨਹੀਂ ਉਡਾ ਸਕਦੇ ਨਹੀਂ ਤਾਂ ਜੀ ਤੁਹਾਨੂੰ $12,000 ਵੀ ਦੇਣੇ ਪੈ ਸਕਦੇ ਬਿਲਕੁਲ ਜੀ ਸੋ ਫਾਈਨ ਕਿਵੇਂ ਸੁਣਿਆ ਨਾ ਸੇਫਟੀ ਫਰਸਟ ਤੇ ਫਿਰ ਫਾਈਨ ਤੋਂ ਬਚ ਜਾਓ ਸੋ ਉਹਦੇ ਲਈ ਡਰੋਨ ਤਾਂ ਨਹੀਂ ਪਰ ਅੱਜ ਅਸੀਂ ਕੈਮਰੇ ਦੀ ਨਿਗਾਹ ਤੋਂ ਕੈਮਰੇ ਦੇ ਲੈਂਸ ਤੋਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਪਾਰਕ ਹੈ ਸੋ ਇੱਥੇ ਤੁਸੀਂ ਦੇਖ ਸਕਦੇ ਆ ਸਿੰਪਲ ਬਿਗਨਿੰਗਸ ਜਦੋਂ ਸ਼ੁਰੂ ਹੋਇਆ ਪਲੇਨ ਸ਼ੁਰੂ ਹੋਇਆ 1938 ਦੇ ਵਿੱਚ ਦ ਫਰਸਟ ਰਨਵੇ ਲਾਈਟਸ ਵਰ ਟਰਨਡ ਔਨ 1938 ਦੇ ਵਿੱਚ ਇਹ ਵਾਲਾ 에어ਪੋਰਟ ਜਿਹੜਾ ਬਣਿਆ ਜਦੋਂ ਇਹ ਲਾਈਟਸ ਔਨ ਹੋਈਆਂ ਸੀ ਤੇ ਪਲੇਨ ਆਇਆ ਸੀ ਥਿਸ ਇਜ਼ ਇੰਟਰਸਟਿੰਗ ਕਾਰ ਓਨਰਸ ਜਿਹੜੇ ਨੇ ਉਹਨਾਂ ਨੇ ਰਿਸਪੌਂਡ ਕੀਤਾ ਸੀ ਰੇਡੀਓ ਪੀਲਸ ਨੂੰ ਫਰੋਮ 에어ਪੋਰਟ and light the runway with their headlights ਉਹ ਆਪਣੀ ਫੇਵਰਿਟ ਫਲਾਈਟ ਨੂੰ ਚੜਨ ਵਾਲੀ 에어 ਕੈਨੇਡਾ ਸੋ ਜਿਹੜੀਆਂ ਕਈ ਕਾਰ ਓਨਰ ਸੀਗੇ ਉਹਨਾਂ ਨੇ ਆਪਣੀਆਂ ਕਾਰਾਂ ਦੀਆਂ ਹੈਡਲਾਈਟਸ ਔਨ ਕਰਕੇ ਰਨਵੇ ਨੂੰ ਰੋਸ਼ਨੀ ਦਿੱਤੀ ਸੀ ਉਸ ਟਾਈਮ ਦੇ ਉੱਤੇ ਵੈਰੀ ਨਾਈਸ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਕਾਰਾਂ ਇੰਨੀਆਂ ਜ਼ਿਆਦਾ ਹੁੰਦੀਆਂ ਹੀ ਨਹੀਂ ਸੀ ਲਾਈਟ ਇੰਨੀ ਹੁੰਦੀ ਹੀ ਨਹੀਂ ਸੀਗੀ ਉਹ ਇਹ ਵੀ ਇੱਕ ਇੱਕ ਡਿਫਰੈਂਟ ਚੀਜ਼ ਹੈਗੀ ਆ ਜਿਹੜੀ ਪੜਨ ਵਾਲੀ ਹੈਗੀ ਆ ਲੋਕੇਸ਼ਨ ਇਨਸਪਾਇਰ ਕਿਵੇਂ ਹੋਈ ਹੈਗੀ ਆ ਬਿਊਟੀ ਕਿਸ ਤਰ੍ਹਾਂ ਦੀ ਹੈਗੀ ਆ ਕਮਿਊਨਿਟੀ ਦੇ ਨਾਲ ਕਿਵੇਂ ਕਨੈਕਟ ਹੁੰਦੀਆਂ ਨੇ ਤੇ ਵਾਈ ਵੀ ਆਰ ਵੈਲਕਮਸ ਦ ਵਰਲਡ ਸੋ ਦੁਨੀਆ ਭਰ ਤੋਂ ਲੋਕਾਂ ਨੂੰ ਵੈਲਕਮ ਕੀਤਾ ਜਾਂਦਾ ਵੈਨਕੂਵਰ ਦੇ ਵਿੱਚ ਤੇ ਵੈਨਕੂਵਰ ਇੰਟਰਨੈਸ਼ਨਲ 에어ਪੋਰਟ ਥੋੜ੍ਹੀ ਜਿਹੀ ਦੂਰ ਹੀ ਹੈਗਾ ਤੇ ਨਾਲ ਤੁਸੀਂ ਦੇਖ ਸਕਦੇ ਆ ਕਿ ਰਨਵੇ ਨੂੰ ਐਕਸਪਲੋਰ ਕਰਨ ਦਾ ਜੋ ਮੌਕਾ ਮਿਲਿਆ ਸੋ ਆਹਾ ਜਿੱਦਾਂ ਪਲੇਨ ਬੈਂਚਸ ਜਿਹੜੇ ਪਲੇਨ ਜਿਵੇਂ ਆਪਾਂ ਇੰਡੀਆ ਬਣਾਉਂਦੇ ਸੀਗੇ ਉਹ ਪੇਪਰ ਪਲੇਨਸ ਵੀ ਬਣਾਉਂਦੇ ਸੀਗੇ ਯੈਸ ਸੋ ਇਹ ਪਲੇਨ ਦੇ ਫਰ ਹੁੰਦੇ ਆ ਜਿਹੜੇ ਉਹਨਾਂ ਤੋਂ ਬਣਾਇਆ ਗਿਆ ਉਹਨਾਂ ਵਰਗੇ ਬਣਾਏ ਗਏ ਸੋ ਥੀਸ ਆਰ ਦ ਬੈਂਚਸ ਸੋ ਤੇ ਅਸੀਂ ਬੜਾ ਵਧੀਆ ਚੀਜ਼ ਹੈਗੀ ਆ ਵਧੀਆ ਪਾਰਕ ਹੈਗਾ ਐਕਸਪਲੋਰ ਕਰਨ ਦੇ ਲਈ ਹੁਣ ਜਿਹੜਾ ਘਾਹ ਥੋੜਾ ਜਿਹਾ ਮਰਿਆ ਹੋਇਆ ਬਿਕੋਜ਼ ਆਫ ਦ ਹੀਟ ਪਰ ਜਦੋਂ ਇਹ ਗ੍ਰੀਨਰੀ ਹੁੰਦੀ ਆ ਉਦੋਂ ਤਾਂ ਉਸ ਤੋਂ ਵੀ ਜ਼ਿਆਦਾ ਮਜ਼ਾ ਆਉਂਦਾ ਦੇਖਣ ਦਾ ਤੇ ਨਾਲ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਰਾਤ ਦਾ ਸਮਾਂ ਤੇ ਰਾਤ ਨੂੰ ਵੀ ਐਕਸਪਲੋਰ ਜ਼ਰੂਰ ਕਰਿਓ ਜੇ ਤੁਹਾਨੂੰ ਸ਼ਾਮ ਨੂੰ ਟਾਈਮ ਲੱਗਦਾ ਤੇ ਪਲੇਨ ਆਉਂਦੇ ਪਲੇਨ ਜਾਂਦੇ ਦੇਖਣਾ ਚਾਹੁੰਦੇ ਆ ਤਾਂ ਇਹ ਤੁਹਾਡੀ ਇੱਕ ਲੋਕੇਸ਼ਨ ਹੋ ਸਕਦੀ ਹੈ ਜਿੱਥੇ ਤੁਸੀਂ ਆਪਣੀ ਈਵਨਿੰਗ ਜਿਹੜੀ ਉਹ ਸਪੈਂਡ ਕਰਨਾ ਚਾਹੁੰਦੇ ਹੋਵੋ ਸੋ ਫਲਾਈਟਸ ਆ ਰਹੀਆਂ ਨੇ ਜਾ ਰਹੀਆਂ ਨੇ ਤੇ ਅਸੀਂ ਪਹੁੰਚੇ ਹੋਏ ਹਾਂ ਜੀ ਫਲਾਈਟ ਪਾਰਕ ਹੌਟਸਪੌਟ ਐਕਸਪਲੋਰ ਬੀਸੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਐਕਸਪਲੋਰ ਕਰ ਰਹੇ ਹਾਂ ਫਲਾਈਟ ਪਾਰਕਸ ਤੇ ਨਾਲ ਨਾਲ ਅਸੀਂ ਆ ਗਏ ਹਾਂ ਆਇਓਨਾ ਬੀਚ ਇਹ ਬੀਚ ਵੀ ਇੱਕ ਤਰ੍ਹਾਂ ਦਾ ਫਲਾਈਟ ਪਾਰਕ ਹੀ ਸਮਝੋ ਕਿ ਤੁਸੀਂ ਦੇਖ ਸਕਦੇ ਹਾਂ ਕਿ ਫਲਾਈਟਾਂ ਇੱਥੋਂ ਵੀ ਦੇਸ ਰਹੀਆਂ ਨੇ ਇੱਥੇ ਹਰ ਮਿੰਟ ਤੁਹਾਨੂੰ ਪਲੇਨ ਦੀ ਆਵਾਜ਼ ਸੁਣਨ ਨੂੰ ਮਿਲਦੀ ਹੈ ਕੋਈ ਪਲੇਨ ਜਾ ਰਿਹਾ ਕੋਈ ਆ ਰਿਹਾ ਸੋ ਪਲੇਨ ਦਾ ਵਿਊ ਜਿਹੜਾ ਆ ਉਹ ਇੱਥੇ ਦੇਖਣ ਨੂੰ ਮਿਲਦਾ ਸੋ ਆਇਓਨਾ ਬੀਚ ਰੀਜਨਲ ਪਾਰਕ ਹੈ ਜੀ ਟ੍ਰੇਲ ਆ ਪੂਰੀ ਨਾਲ ਤੁਸੀਂ ਇੱਥੇ ਵਾਕ ਕਰ ਸਕਦੇ ਆ ਟ੍ਰੇਲ ਤੇ ਜਾ ਸਕਦੇ ਆ ਕਰਨ ਜਦੋਂ ਟ੍ਰੇਲ ਤੇ ਜਾਂਦੇ ਆ ਪੂਰੀ ਟ੍ਰੇਲ ਮੈਂ ਅੱਜ ਤੱਕ ਨਹੀਂ ਕੀਤੀ ਮੈਂ ਜਿੰਨੀ ਵਾਰ ਆਈ ਆ ਅੱਧ ਚੋਂ ਮੁੜ ਜਾਂਦੀ ਆ ਤੁਸੀਂ ਪੂਰੀ ਕੀਤੀ ਕਦੇ
एक बार की है जी पहला 2019 अच्छा किवें लग गया सी एंड ते जाके बस बिल्कुल डेड एंड बिल्कुल पानी जिस टाइम मैं भी आया सीगा ता हुण ता देखो जिवें तुहाडे पिछे हुण देख सकदे पहाड़ बड़े क्लियर दिखदे एंड ते पहुंच के भी इधरों भी दिखदे बर्फ पई रही है विंटर दे विच इह कि जे तुहाडा थोड़ा जिहा इस तरह का मौसम है ठंडा मौसम है ते पूरा तुसीं ड्रेस अप हो के ते इन्हां थावां नूं घूम सकदे हैगे आ क्योंकि इह जिहड़े 7 बजे ओपन हो जांदे आ पार्क 10 बजे नजर आएगा सो लोग इस पार्क दे विच सिर्फ ते सिर्फ ए देखन दे लई आंदे आ कि असी व्यू देखिए असी एक वेल डे स्पेंड करिए तो ए चीजां जिहड़ियां ने ओह वधिया हो सकदियां ने तो 8 किलोमीटर है जी रिटर्न विच बाके तो 4 किलोमीटर जान ते ऑन ते तो एवरेज टाइम टू वॉक 2.5 घंटे जिहड़ा ओह लग जांदा तो 2.5 घंटे असी इत्थे अज स्पेंड नहीं कर रहे तुसी इत्थे आओ आके एंजॉय करो तो फिर सानू दस्सिओ कि किस तरह दा व्यू हैगा आ सो गेट जिहड़े ने ओह 10 बजे लॉक हो जांदे आ जी मैं ओही अरसी का इस चे मैं दसना चाहूंगा जेड़ा तुहाडे राइट साइड ते कहा दस्या गया स्पेशली वैसे एक जस्ट एक लुकआउट पॉइंट इसलिए क्योंकि इत्थे जब सनसेट हुंदा ना ए व्यू पॉइंट एरोप्लेन दे नाल 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 पिकनिक दे नाल सनसेट पॉइंट भी बहुत अच्छा जदों पिछे ओ तुसी देखो जी खुला आसमान ते पैसिफिक ओशन जद सनसेट हुंदा पहाड़ां च जाके बहुत ही अमेजिंग नजारा बिल्कुल जी सो आओ देखदे हां जी क्योंकि ए थोड़े जे बंदियां दी कैपेसिटी दा ते तुहानू वेट करनी पै सकदी है जे इत्थे बहुत लोक आउंदे आ पर ए है कि लोक काफी आउंदे आ पर ए जिन्हां नू पता है करन ओही आउंदे आ मोस्टली लोक आए नहीं तुहानू ए मिलेगा कि पैक्ड आ कनाडा लाइन जी लेनी है टेंपल टन उतरना मैकआर्थर ग्लेन उधरों चाहे हुण तुसी वॉक करके इस थां ते आना या टैक्सी करके आ जाओ बिलकुल पर ए इत्थे ट्रांजिट पर बहुत घट लोग टैक्सी जां बहुत घट ट्रांजिट लैके जिहड़ा इत्थे आउंदे आ पर जिन्हां नूं ए जगह पता है पीसफुल जगह हैगी उह जरूर आउंदे आ उन भी बहुत सारियां पार्किंग्स तुसीं राइट हैंड साइड दे उत्ते देख सकदे हैगे आ सो इत्थे जिहड़े लोग जिन्हां नूं पता है सिर्फ उही आउंदे आ सो ए कह सकदे हिडन जैम आ अज दा साडा आयोना बीच ते उह ए फ्लाइट पार्क नूं तुसीं देख सकदे आ फ्लाइट पार्क तों बाद इत्थे आ सकदे आ ए भी इक तरह दा फ्लाइट पार्क आ तुसीं फ्लाइट दा व्यू एंजॉय कर सकदे आ पूरा अज पानी फेर थल्ले नूं गया होया सो कई ਤੇ ਪੂਰਾ ਉੱਪਰ ਤੱਕ ਪਾਣੀ ਹੁੰਦਾ ਤੇ ਉਹ ਫਿਰ ਬਹੁਤ ਹੀ ਵਧੀਆ ਜਿਹੜਾ ਵਿਊ ਬਣ ਜਾਂਦਾ ਤੇ ਇਸ ਚ ਅਰਸੀ ਮੈਂ ਕਹਾ ਚੀਜ਼ ਕਹਿਣਾ ਚਾਹੂੰਗਾ ਕਿ ਜਿਵੇਂ ਆਪਾਂ ਦੇਖ ਸਕਦੇ ਹੈਗੇ ਆ ਕਿ ਜੇ ਤੁਸੀਂ ਥੋੜਾ ਜਿਹਾ ਦੇਖੋ ਪਿੱਛੇ ਜਾ ਕੇ ਜੀ ਤੁਸੀਂ ਪਹਾੜ ਦੇਖੋ ਤਾਂ ਉੱਥੇ ਪੂਰੀ ਡੈਪਥ ਹੈਗੀ ਹੈ ਲਾਈਕ ਆਈ ਮੀਨ ਹੁਣ ਤਾਂ ਅੱਗੇ ਨਾਲ ਚੁੱਪਿਆ ਹੋਇਆ ਬਟ ਇਸ ਪਾਸੇ ਮੈਂ ਅਰਸੀ ਦਿਖਾਉਣਾ ਚਾਹੂੰਗਾ ਉਹ ਜੇ ਤੁਸੀਂ ਉੱਥੇ ਤੱਕ ਦੇਖੋ ਬਿਲਕੁਲ ਹੀ ਐਂਡ ਤੱਕ ਜਾ ਕੇ ਜੇ ਤੁਸੀਂ ਵਾਕ ਕਰਨਾ 2.5 ਘੰਟੇ ਦੀ ਹੈਗੀ ਹੈ ਤੇ ਤੁਸੀਂ ਰਾਊਂਡ ਟ੍ਰਿਪ ਕਰਨਾ ਤਾਂ 2.5 ਘੰਟੇ ਦਾ ਹੈਗਾ ਬਟ ਉਹ ਜਮੀ ਬਿਲਕੁਲ ਐਂਡ ਤੇ ਜਾ ਕੇ ਜੇ ਤੁਸੀਂ ਆਪਣਾ ਕੁਝ ਵੈਸੇ ਜੇ ਤੁਸੀਂ ਪਿਕਨਿਕ ਮੈਟ ਲੈ ਕੇ ਜਾਣਾ ਉੱਥੇ ਇੰਜੋਏ ਕਰ ਸਕਦੇ ਹੈਗੇ ਹੋ ਜਿਵੇਂ ਤੁਸੀਂ ਸੁਣਿਆ ਹੋਣਾ ਵਾਈਟ ਰੌਕ ਪੀਅਰ ਹੈਗੇ ਆ ਵੀ ਇੱਕ ਛੋਟਾ ਟਾਈਪ ਦਾ ਪੀਅਰ ਤਾਂ ਨਹੀਂ ਹੈਗੇ ਬਟ ਇਹ ਪੂਰਾ ਰੌਕੀ ਹੈਗਾ ਤਾਂ ਤੁਸੀਂ ਮੇਕ ਸ਼ੋਰ ਜਿਹੜਾ ਬਣਾਇਆ ਹੋਇਆ ਮੇਕ ਸ਼ੋਰ ਕਰੋ ਤੁਸੀਂ ਆਪਣੇ ਸ਼ੂਜ਼ ਇੱਕਦਮ ਪੂਰੇ ਇੱਕਦਮ ਰਨਿੰਗ ਸ਼ੂਜ਼ ਪਾ ਕੇ ਆਓ ਤੇ ਇੱਕਦਮ ਕੰਪੈਟੀਬਲ ਤੁਹਾਡੇ ਕੋਲ ਕਲੋਥਸ ਹੋਣ ਕਿਉਂਕਿ ਯਾਰ ਸ਼ਾਮ ਨੂੰ ਆ ਕੇ ਵੀ ਕਿਉਂਕਿ ਹੁਣ ਸਿੰਸ ਮੋਸ਼ਨ ਲੱਗਦਾ ਹੈਗਾ ਤਾਂ ਤੁਸੀਂ ਇੱਥੇ ਠੰਡ ਬਹੁਤ ਹੋ ਜਾਂਦੀ ਹੈ ਤੇ ਇੱਕ ਅਰਸ਼ ਜੀ ਜਿਹੜਾ ਤੁਸੀਂ ਪੁਆਇੰਟ ਕਿਹਾ ਸੀਗਾ ਕਿ ਇੱਕ ਆ ਵਿਊ ਪੁਆਇੰਟ ਹੈਗਾ ਵਿਊ ਪੁਆਇੰਟ ਆਪਾਂ ਦੱਸੀਏ ਹੁਣ ਆਪਣੇ ਅੱਜ ਦੇ ਐਪੀਸੋਡ 'ਚ ਵੈਸੇ 3 ਵਿਊ ਪੁਆਇੰਟਸ ਹੋ ਗਏ ਜਿੱਥੇ ਆ ਕੇ ਤੁਸੀਂ ਇੱਕ ਫਲਾਈਟਸ ਦੇ ਐਵੇਂ ਵਿਊ ਲੈ ਸਕਦੇ ਹੋ ਇੱਕ ਹੋ ਗਿਆ ਫਲਾਈਟ ਪਾਰਕ ਪਰ ਮੈਕਆਰਥਰ ਵੀ ਤੁਸੀਂ ਵਿਊ ਪੁਆਇੰਟ ਹੀ ਕਹਿ ਸਕਦੇ ਹੋ ਜਿਵੇਂ ਅਰਸ਼ ਜੀ ਮੈਨੂੰ ਆਪਣੇ ਥੋੜਾ ਟਾਈਮ ਪਹਿਲਾਂ ਹੁਣ ਦੱਸਦੇ ਸੀਗੇ ਕਿ ਇਹ ਲੋਕ ਇੰਜੋਏ ਕਰਦੇ ਸੀਗੇ ਗੱਡੀ ਲਾ ਕੇ ਆ ਕੇ ਖੜਾਉਂਦੇ ਸੀਗੇ ਆਪਾਂ ਉਹ ਜਗ੍ਹਾ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਸ਼ਾਮ ਨੂੰ ਆ ਕੇ ਗੱਡੀ ਲਾਓ
ਤੇ ਸ਼ਾਪਿੰਗ ਨਹੀਂ ਕਰਨੀ ਨਹੀਂ ਕਰਨੀ ਬਟ ਮੈਨੂੰ ਪਤਾ ਤੁਸੀਂ ਸ਼ਾਪਿੰਗ ਤੋਂ ਹਟਦੇ ਨਹੀਂ ਹੈਗੇ ਤਾਂ ਸ਼ਾਪਿੰਗ ਤਾਂ ਸਾਰੇ ਲਈ ਮਸਟ ਹੈਗਾ ਤਾਂ ਤੁਸੀਂ ਸ਼ਾਪਿੰਗ ਕਰਕੇ ਫਿਰ ਸ਼ਾਮ ਨੂੰ ਤੁਸੀਂ ਜਿਹੜਾ ਮੈਕਆਰਥਰ ਗਲੈਨ ਤੁਹਾਨੂੰ ਵਿਊ ਦਊਗਾ ਫਲਾਈਟਸ ਲਈ ਉਹ ਬਿਲਕੁਲ ਓਵਰਹੈਡ ਹੁੰਦੀ ਹੈ ਤੇ ਨਾਲੇ ਬਿਲਕੁਲ ਮਿੰਟ ਮਿੰਟ ਤੋਂ ਬਾਅਦ ਹੀ ਫਲਾਈਟਸ ਉਤਰਦੀ ਹੈਗੀ ਹੈ ਤਾਂ ਤੁਸੀਂ ਉਹ ਜ਼ਰੂਰ ਇੰਜੋਏ ਕਰੋ ਸ਼ਾਮ ਨੂੰ ਆ ਕੇ ਤਾਂ ਉਸ ਤੋਂ ਬਾਅਦ ਇਹ ਵੀ ਸ਼ਾਮ ਨੂੰ ਆ ਕੇ ਸਨਸੈਟ ਜ਼ਰੂਰ ਇੰਜੋਏ ਕਰੋ ਜੀ ਬਿਲਕੁਲ ਜੀ ਸੋ ਤੇ ਨਾਲ ਨਾਲ ਤੁਸੀਂ ਦੇਖ ਸਕਦੇ ਆ ਕਿ ਇੱਥੇ ਪਾਰਕ ਦੇ ਵਿੱਚ ਜਿੰਨੇ ਵੀ ਪਾਰਕ ਤੁਸੀਂ ਪੀਸੀ ਦੇ ਵਿੱਚ ਦੇਖੋ ਤਾਂ ਉਹਨਾਂ ਪਾਰਕਸ ਦੇ ਵਿੱਚ ਬੈਂਚਸ ਜਿਹੜੇ ਨੇ ਉਹ ਜ਼ਰੂਰ ਹੁੰਦੇ ਨੇ ਤਾਂ ਕਿ ਤੁਸੀਂ ਫੈਮਲੀਜ਼ ਦੇ ਨਾਲ ਆਓ ਤਾਂ ਬੈਂਚਸ ਦੇ ਉੱਤੇ ਜੇ ਤੁਸੀਂ ਫੂਡ ਨਾਲ ਲੈ ਕੇ ਆਏ ਆ ਕਿਉਂਕਿ ਤੁਸੀਂ ਇੱਥੇ ਦੂਰ ਦੂਰ ਤੱਕ ਨਜ਼ਰ ਮਾਰੋ ਕੋਈ ਰੈਸਟੋਰੈਂਟ ਨਹੀਂ ਹੈਗਾ ਜੋ ਦੂਰ ਦੂਰ ਤੱਕ ਇੱਥੇ ਇਹ ਵੀ ਨਹੀਂ ਹੈਗਾ ਕਿ ਦੇੜੀ ਲਾ ਕੇ ਕੋਈ ਖੜਾ ਹੈ ਸੋ ਇਹ ਹੈ ਕਿ ਦੂਰ ਦੂਰ ਤੱਕ ਫੂਡ ਤੁਹਾਨੂੰ ਨਹੀਂ ਮਿਲੇਗਾ ਸੋ ਘਰ ਤੋਂ ਤੁਸੀਂ ਆਪਣਾ ਫੂਡ ਬੈਕਪੈਕ ਦੇ ਵਿੱਚ ਪੈਕ ਕਰਕੇ ਆਓ ਤੇ ਹਾਂ ਜਿਨ੍ਹਾਂ ਕੋਲ ਸਾਈਕਲ ਹੈਗੇ ਨੇ ਉਹ ਆਪਣੇ ਸਾਈਕਲ ਲੈ ਕੇ ਆ ਸਕਦੇ ਆ ਇਹਦੇ ਨਾਲ ਥੋੜਾ ਈਜ਼ੀ ਹੋ ਸਕਦਾ ਇਸ ਦੇ ਉੱਤੇ ਸਾਈਕਲਿੰਗ ਵੀ ਸਾਈਕਲਿੰਗ ਹੋ ਜਾਂਦੀ ਹੈ ਤੇ ਤੁਸੀਂ ਵਿਊ ਜਿਹੜਾ ਇੰਜੋਏ ਕਰ ਸਕਦੇ ਆ ਸੋ ਇਹ ਇੱਕ ਅਜਿਹਾ ਜਗ੍ਹਾ ਹੈਗੀ ਹੈ ਜਿਹਨੂੰ ਇੰਜੋਏ ਕੀਤਾ ਜਾ ਸਕਦਾ ਇੱਕ ਸਨਸੈਟ ਦੇ ਟਾਈਮ ਦੇ ਉੱਤੇ ਜਾਂ ਫਿਰ ਜਦੋਂ ਤੁਸੀਂ ਇਸ ਤਰ੍ਹਾਂ ਦਾ ਸਨੀ ਡੇ ਹੋਵੇ ਉਦੋਂ ਇਹਨੂੰ ਇੰਜੋਏ ਜਿਹੜਾ ਉਹ ਕਰ ਸਕਦੇ ਆ ਪਰ ਫਲਾਈਟਸ ਜਿਹੜਾ ਵਿਊ ਆ ਉਹ ਤਾਂ ਇਹਦੀ ਬਿਊਟੀ ਨੂੰ ਹੋਰ ਵੀ ਚਾਰ ਚੰਦ ਲਗਾ ਦਿੰਦਾ ਜਿਹੜੀਆਂ ਫਲਾਈਟਸ ਸਾਨੂੰ ਦੇਖਦੀਆਂ ਨੇ ਆਵਾਜ਼ ਸਾਨੂੰ ਸੁਣਦੀ ਆ ਤੇ ਇਹ ਇੱਕ ਅਜਿਹਾ ਹਿਡਨ ਜੈਮ ਆ ਜਿਹੜਾ ਬਹੁਤ ਘੱਟ ਲੋਕਾਂ ਨੂੰ ਪਤਾ ਤੇ ਅਸੀਂ ਇੰਜੋਏ ਕਰਦੇ ਆ ਤੇ ਤੁਸੀਂ ਵੀ ਇੰਜੋਏ ਕਰੋ ਤਾਂ ਕਿ ਤੁਸੀਂ ਆ ਕੇ ਦੇਖੋ ਕਿ ਇੱਥੇ ਕਿੰਨਾ ਪੀਸਫੁਲ ਜਿਹੜਾ ਹੈਗਾ ਤੇ ਇੱਥੇ ਤੁਸੀਂ ਫੈਮਲੀ ਦੇ ਨਾਲ ਆ ਸਕਦੇ ਆ ਇਕੱਲੇ ਆ ਸਕਦੇ ਆ ਇਟਸ ਆਲ ਅਪ ਟੂ ਯੂ ਸੋ ਸਾਡੀ ਕੋਸ਼ਿਸ਼ ਹੈ ਤੁਹਾਡੇ ਤੱਕ ਹਿਡਨ ਜੈਮਸ ਨੂੰ ਪਹੁੰਚਾਉਣ ਦੀ ਤਾਂ ਕਿ ਤੁਸੀਂ ਹੋਰ ਘੁੰਮ ਸਕੋ ਤੇ ਐਕਸਪਲੋਰ ਕਰ ਸਕੋ ਬੀਸੀ ਨੂੰ ਤੇ ਅਰਜੀ ਤੁਸੀਂ ਇਸ 'ਚ ਐਡ ਕਰ ਦਿਓ ਕਿ ਤੁਸੀਂ ਆਪਣੇ ਇਸ਼ਾਰੇ ਨਾਲ ਪੁਆਇੰਟ ਆਊਟ ਕਰਕੇ ਦੱਸੋ ਕਿ ਜਿਹੜਾ ਇੱਕ ਵਨ ਆਫ ਦਾ ਐਪੀਸੋਡ ਸਾਡਾ ਹੈਗਾ ਸਾਈਪ੍ਰਸ ਪੌਪ ਅਪ ਹਾਂਜੀ ਜਿਹੜਾ ਆਪਾਂ ਜਾ ਕੇ ਆਏ ਸੀਗੇ ਤਾਂ ਉਧਰੋਂ ਵੀ ਉਹਨਾਂ ਨੇ ਇੱਕ ਵਿਊ ਪੁਆਇੰਟ ਤਾਂ ਹੀ ਦੱਸਿਆ ਹੋਇਆ ਸੀਗਾ ਸਾਈਪ੍ਰਸ ਪੌਪ ਅਪ ਤੇ ਕਿ ਉਹਦਾ ਇਧਰਲਾ ਨਜ਼ਾਰਾ ਦਿਖਦਾ ਜੀ ਕਿ ਮਤਲਬ ਇਧਰ ਦੂਰ ਤੱਕ ਤਾਂ ਤੁਸੀਂ ਜੇ ਉਹ ਇਸ਼ਾਰਾ ਕਰਕੇ ਦੱਸੋ ਕਿ ਉਹ ਸਾਈਪ੍ਰਸ ਪੌਪ ਅਪ ਵਾਲਾ ਹੈਗਾ ਏਰੀਆ ਉਹ ਏਰੀਆ ਜੀ ਸਾਰਾ ਜਿੱਥੇ ਤੁਸੀਂ ਬਿਲਡਿੰਗਸ ਜਿਹੜੀਆਂ ਨੇ ਦੇਖ ਰਹੇ ਹੈਗੇ ਵੈਸਟ ਵੈਨਕੂਵਰ ਵਾਲੀ ਸਾਈਡ ਸੋ ਉਹ ਸਾਰੀ ਵੈਸਟ ਵੈਨਕੂਵਰ ਵਾਲੀ ਸਾਈਡ ਆ ਤੇ ਉੱਥੋਂ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਇੰਨੀ ਦੂਰ ਦੇਖਦੀਆਂ ਅਸੀਂ ਸੋ ਇਹ ਸਾਰਾ ਦੱਸਿਆ ਹੁੰਦਾ ਕਿ ਤੁਸੀਂ ਕਿੱਥੇ ਕਿੱਥੇ ਜਾ ਸਕਦੇ ਆ ਤੁਹਾਡੇ ਕੋਲ ਵੀ ਸ਼ਾਇਦ ਬਹੁਤ ਸਾਰੀਆਂ ਡੈਸਟੀਨੇਸ਼ਨਸ ਹੋਣਗੀਆਂ ਜਿਹੜੀਆਂ ਤੁਸੀਂ ਜਾ ਕੇ ਉੱਥੇ ਇੰਜੋਏ ਕੀਤਾ ਹੋਣਾ ਤੇ ਸਾਨੂੰ ਨਹੀਂ ਪਤਾ ਹੋਣਾ ਸੋ ਜ਼ਰੂਰ ਦੱਸਿਓ ਕਿ ਛੋਟੀਆਂ ਛੋਟੀਆਂ ਪਲੇਸਿਸ ਮੇਕਸ ਬਿਗਰ ਡਿਫਰੈਂਸਸ ਕਿ ਇਹਦੇ ਨਾਲ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਜੁੜੀਆਂ ਹੁੰਦੀਆਂ ਨੇ ਹਿਸਟਰੀ ਜੁੜੀ ਹੁੰਦੀ ਹੈ ਜਾਂ ਉਦਾਂ ਮੈਨ ਮੇਡ ਹੁੰਦੀਆਂ ਨੇ ਤੁਸੀਂ ਆਹ ਦੇਖੋ ਇੱਥੇ ਜਿਹੜਾ ਹੁਣ ਤਾਂ ਬਹੁਤ ਘਾਹ ਉੱਗਿਆ ਹੋਇਆ ਸਮਟਾਈਮਸ ਇੱਥੋਂ ਤੱਕ ਜਿਹੜਾ ਆ ਵਾਟਰ ਹੁੰਦਾ ਤੇ ਇੱਥੇ ਬੈਠ ਕੇ ਵੀ ਲੋਕ ਕਾਫੀ ਇੰਜੋਏ ਕਰਦੇ ਆ ਜਿਹੜੇ ਇੱਥੇ ਰੌਕਸ ਪਏ ਹੈਗੇ ਨੇ ਪੱਥਰ ਪਏ ਹੈਗੇ ਨੇ ਸੋ ਇਹ ਵੀ ਇੱਕ ਅਲੱਗ ਹੀ ਇਹਨੂੰ ਟੱਚ ਦੇ ਦਿੰਦੇ ਆ ਕਿ ਤੁਸੀਂ ਸਾਈਕਲਿੰਗ ਕਰਦੇ ਜਾ ਰਹੇ ਆ ਪੈਦਲ ਜਾ ਰਹੇ ਆ ਤੇ ਸਾਈਡ ਦੇ ਉੱਤੇ ਰੌਕਸ ਪਈਆਂ ਨੇ ਪਾਣੀ ਹੈ ਤੇ ਨਾਲ ਨਾਲ ਵਿਊ ਹੈ ਸੋ ਪੂਰਾ ਤੁਹਾਨੂੰ ਇੱਥੇ ਸਾਊਥ ਸਾਈਡ ਨਾਰਥ ਸਾਈਡ ਸਾਰੀਆਂ ਸਾਈਡਸ ਜਿਹੜੀਆਂ ਨੇ ਉਹ ਤੁਹਾਨੂੰ ਦਿਖ ਜਾਂਦੀਆਂ ਨੇ ਤੇ ਨਾਲ ਨਾਲ ਅਮੇਜ਼ਿੰਗ ਵਿਊ ਵਿਦ ਫਲਾਈਟਸ ਜੀ ਅਰਜੀ ਬਸ ਆਪਾਂ ਹੁਣ ਆਪਾਂ ਦਰਸ਼ਕਾਂ ਨੂੰ ਆਪਾਂ ਥੋੜੇ ਬਹੁਤ ਵਿਊਜ਼ ਦਿਖਾਵਾਂਗੇ ਜੀ ਤੇ ਆਪਾਂ ਉਹ ਦੱਸਦੀ ਦਰਸ਼ਕਾਂ ਨੂੰ ਕਿ ਜਿਹੜਾ ਤੁਹਾਡੇ ਪਿੱਛੇ ਅਰਜੀ ਤੁਸੀਂ ਦੇਖ ਸਕਦੇ ਹੋ ਇੱਥੇ ਪਾਰਕਿੰਗ ਦੀ ਆਪਾਂ ਫੈਸਿਲਿਟੀ ਦੱਸੀ ਜੀ ਪਾਰਕਿੰਗ ਫ੍ਰੀ ਹੈਗੀ ਇੱਥੇ ਕੋਈ ਤੁਹਾਨੂੰ ਪੇ ਨਹੀਂ ਕਰਨਾ ਪੈਣਾ ਜੀ ਬਟ ਜੇ ਤੁਸੀਂ ਪਾਰਕਿੰਗ ਲਾਉਂਦੇ ਹੈਗੇ ਤਾਂ ਉਹਦੇ ਵੀ ਪਲੀਜ਼ ਤੁਸੀਂ ਇਹ ਨਹੀਂ ਹੈਗਾ ਰਾਤ ਪਰ ਲਾਤੀ ਹੈ ਪਲੀਜ਼ ਉੱਥੇ ਜ਼ਰੂਰ ਜੋ ਵੀ ਮੈਂਸ਼ਨ ਕੀਤਾ ਟਾਈਮਿੰਗਸ ਉਸ ਬਿਲਕੁਲ ਤੁਸੀਂ ਆਪਣੀਆਂ ਵੈਲਿਊਏਬਲ ਚੀਜ਼ਾਂ ਜਿਹੜੀਆਂ ਨਾ ਰੱਖੋ ਕਾਰ ਦੇ ਵਿੱਚ ਕਿਉਂਕਿ ਤੁਹਾਨੂੰ ਕੋਈ ਪਤਾ ਨਹੀਂ ਬ੍ਰੇਕ ਇਨ ਕਦੋਂ ਹੋ ਜੇ ਤੁਹਾਡੀ ਗੱਡੀ ਦੇ ਵਿੱਚ ਸੋ ਇੱਥੇ ਵੀ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਸੋ ਸਾਰੀਆਂ ਚੀਜ਼ਾਂ ਦੇਖ ਕੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਫਾਲੋ ਕਰਕੇ ਕਿਉਂਕਿ ਆਹ ਦੇਖੋ ਘਾਹ ਹੁਣ ਪੂਰੀ ਤਰ੍ਹਾਂ ਸੁੱਕ ਚੁੱਕਿਆ ਤੇ ਜਦੋਂ ਇਹ ਘਾਹ ਦੇ ਕੋਲ ਕਿਸੇ ਨੇ ਬਾਰਬੀਕਿਊ ਕਰਨਾ ਜਾਂ ਕਿਸੇ ਨੇ ਇਸ ਤਰ੍ਹਾਂ ਦੇ ਨਾਲ ਕਈ ਵਾਰੀ ਕੋਈ ਸਿਗਰੇਟ ਵਗੈਰਾ ਦੀ ਗੱਲ ਹੁੰਦੀ ਆ ਅੱਗ ਦੀ ਗੱਲ ਹੁੰਦੀ ਆ ਤਾਂ ਉਹ ਛੇਤੀ ਕੈਚ ਹੁੰਦੀ ਆ ਤੇ ਜਦੋਂ ਅੱਗ ਲੱਗਦੀ ਆ ਤਾਂ ਤੁਹਾਨੂੰ ਪਤਾ ਕਿ ਆ ਸਾਰਾ ਵਾਤਾਵਰਨ ਸਾਰਾ ਇਨਵਾਇਰਨਮੈਂਟ ਖਰਾਬ ਹੁੰਦਾ ਉਧਰ ਸਾਈਕਲਿੰਗ ਕਰਦੇ ਕੁਝ ਲੋਕ ਜਾ ਰਹੇ ਨੇ ਤੇ ਪੈਦਲ ਕੁਝ ਲੋਕ ਆ ਰਹੇ ਨੇ ਸੋ ਇਹ ਲੋਕਾਂ 'ਚ ਫੇਮਸ ਹੈ ਪਰ ਬਹੁਤ ਘੱਟ ਲੋਕ ਇਹਨੂੰ ਜਿਹੜਾ ਆ ਵਿਜ਼ਿਟ ਕਰਦੇ ਨੇ ਤੇ ਪਰ ਇਹ ਪਾਪੂਲਰ ਪਲੇਸ ਹੈਗੀ ਆ ਉਹਨਾਂ 'ਚ ਜਿਹੜੇ ਵਾਕ ਕਰਨਾ ਪਸੰਦ ਕਰਦੇ ਨੇ ਰਾਈਡ ਕਰਨਾ ਪਸੰਦ ਕਰਦੇ ਨੇ ਤੇ ਨਵੀਆਂ ਚੀਜ਼ਾਂ ਨੂੰ ਐਕਸਪਲੋਰ ਕਰਨਾ ਪਸੰਦ ਕਰਦੇ ਨੇ ਸੋ ਅੱਜ ਨਵੀਆਂ ਚੀਜ਼ਾਂ ਐਕਸਪਲੋਰ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਤੇ ਜਦੋਂ ਕੈਨੇਡਾ ਜਾਂ ਵੈਨਕੂਵਰ ਦੀ ਗੱਲ ਆਉਂਦੀ ਆ ਵਨ ਆਫ ਦਾ ਬਿਊਟੀਫੁਲ ਸਿਟੀ ਇਨ ਦਾ ਵਰਲਡ ਮੈਂ ਕਹਿ ਸਕਦੀ ਹਾਂ ਤੇ ਅਸੀਂ ਮੈਂ ਕਹਿ ਸਕਦੀ ਹਾਂ ਬਲੈਸਡ ਹਾਂ ਕਿ ਅਸੀਂ ਵੈਨਕੂਵਰ ਦੇ ਵਿੱਚ ਰਹਿੰਦੇ ਹਾਂ ਤੇ ਅਜਿਹੀਆਂ ਥਾਵਾਂ ਨੂੰ ਵਿਜ਼ਿਟ ਅਸੀਂ ਕਰ ਸਕਦੇ ਹਾਂ ਤੇ ਇਹਨਾਂ ਥਾਵਾਂ ਨੂੰ ਆ ਕੇ ਇੰਜੋਏ ਕਰ ਸਕਦੇ ਹਾਂ ਆਪਣਿਆਂ ਦੇ ਨਾਲ ਆਪਣੇ ਰਿਸ਼ਤੇਦਾਰਾਂ ਦੇ ਨਾਲ ਦੋਸਤਾਂ ਦੇ ਨਾਲ ਤੇ ਸ਼ਾਮਿਲ ਦੇ ਨਾਲ ਆਉਣਾ ਬੀਚ ਪਹੁੰਚੇ ਹੋਏ ਆ ਤੇ ਅੱਜ ਦੇਖ ਰਹੇ ਆ ਫਲਾਈਟਸ ਫਲਾਈਟ ਸਾਡੇ ਸਾਹਮਣੇ ਜਾ ਰਹੀਆਂ ਨੇ ਤੇ ਬੜਾ ਹੀ ਵਧੀਆ ਜਿਹੜਾ ਸੀਨਿਕ ਵਿਊ ਲੱਗ ਰਿਹਾ ਇੱਥੇ ਬੀਚ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇੱਥੇ ਵਾਕ ਕਰ ਸਕਦੇ ਆ
पूरी वॉक देखो, साइकिलिंग कर सकते हैं 4 किलोमीटर ते नाल नाल आयो ना बीच है, ते बीच दा ना किसी कारण करके रखिया होना, आयो ना बीच जेड़ी आ ओ बिल्कुल घूम के ओ साइड ते जाके एक प्राइवेट बीच भी बन जाती है, कि जो एक प्राइवेट बीच होंगी है कि सिर्फ जेड़ा उत्थे रहिंदा प्रॉपर्टी का ओनर उही एक्सेस कर सकता। सो इत्थे तुसी देख सकते हैं कि पिछे ये बीच है, इस वक्त पानी बिल्कुल एंड दे उत्ते गया होया, समटाइम्स शाम को पानी जो उपर आ जाता है, तो बहुत सारे लोग इतने बोटिंग करते हैं, अपनी बोट्स लैके आते हैं, काइक लैके आते हैं, तो हुण इस वक्त भी तुसी देख सकते हैं कि बच्चे प्ले कर रहे हैं, फैमलियां आई हुई ने, ताकि इतने जोड़ा वो पिकनिक की जा सके, इतने फैमिलीज के नाल इंजॉय जरा किया जा सके। इधर अगे जाके एक शेल्टर भी है, तो वो कोल भी कार पार्किंग हैगी है, सो तुसी अंदर जाके जो सीधा बीच में एक्सेस करना है, इतों तो हम असं पत्थर क्रॉस करके इतने नहीं जा सकते, जाना तो डेंजरस हैगा, सो उधरली साइड तो एक्सेस हैगा आ, सो अंदर जाके तुसी एक्सेस लै सकते हैं आयोना बीच का। सो ये एक तरह का व्यू पॉइंट है, सो अज व्यू पॉइंट एक्सप्लोर करने की जी कोशिश की जा रही है। सो करण जो आए थे करण दी, तो बहुत सारिया मैमरीज जुड़िया हुई ने, जिहड़ियां असीं एक एक करके सुना नहीं सकते कि कई चीज़ा गुआच जांदियां ने, असीं भुल जांदे आ। सो जे तुसीं इत्थे आए आ, तुसीं अपनी कोई याद जुड़ी है तो जरूर दस्सो कि तुसीं इत्थे आके की कीता सी। सो जो असीं आए थे, मैनूं लगता मैं घट्टो घट्ट 1.5 किलोमीटर तो ही मुड़े आए थे कि चलो हुण व्यू पॉइंट आ जाना चाहिए, तो असीं आए भी काफ़ी लेट से, दोनों वारी जिन्ने वारी मैं आई हाँ 2-3 बार उन्नी वारी लेट शाम को, वह भी किसी को विजिट कराने लिए कि आओ थानू एक वधिया प्लेस जी उत्थे लैके चलते हैं, तो उदो जो इतने आए तो फिर कहते भी नहीं हूँ पार्क में बंद होने का टाइम हो गया, तो हम वापस जाया जाए, क्योंकि जे असी 2.5 घंटे लावे उधर पार्क बंद हो जाना। सो मेक श्योर जो तुम इतने आ रहे हैं 6-7 बजे तो पहला आओ, तो कि 2-2.5 घंटे अपनी रिटर्न वॉक जी पूरी कर सको, तो अपना व्यू भी देख सको। सो ट्राई करो कि डे टाइम के आयो, ताकि पूरा व्यू इंजॉय कर सको, तो उदों तक फिर सनसैट हो जाऊगा, फिर तुम सनसैट में भी इंजॉय कर सकते हैं। सो सारिया चीज़ें प्लैन करके आई जा सकती हैं, क्योंकि जो असं किसी ट्रिप पर जाने पिकनिक के लिए जाने, ईवन थोड़े टाइम के लिए जाने, जो पूरी प्लैनिंग के नाल जाते हैं, तो वो टाइम भी बचता, तो ज़्यादा चीज़ें एक्सप्लोर कर सकते हैं, ज़्यादा चीज़ा जो ने वो घूमिया जा, जिहड़े शौकीन आ उन्होंने बखूबी पता है कि कौन सी चीज पैक करके लेके जानी है, शूज किस तरह के होने चाहिए है, बैकपैक दे विच की कुछ होना चाहिए, पानी मस्ट है जी, पानी जरूर नाल जिहड़ा रखा जाना चाहिए, वाशरूम्स अवेलेबल हैगे ने इत्थे, सो वो वाशरूम जिहड़े ने यूज किए जा सकते, ते नाल नाल पार्क की ब्यूटी यह है करन, आप देख सकते हैं कि गारबेज बिन भी थां थां दे उत्ते लगे हुए हैं, सो वो साडे हाथ दे विच है, विजिटर्स दे हाथ दे विच है, किसी क्लीनलीनेस की नहीं रखते हैं, ईवन सिटी भी काम करती है, ईवन पार्क्स कोई प्रोविंशियल होंदिया ने, कोई म्यूनसीपल होंदिया ने, उत्थों के काम, उत्थों के वॉलंटियर से प्लस उत्थों के वर्कर बड़ा ध्यान रखते हैं इन्होंने चीज़ों का, पर जो विजिट करने के लिए आए होंगे उन्होंने भी एक जिम्मेवारी है कि बॉटल पानी की जो खत्म हो गई है, जे वो रीसाइकल करने वाली है, तो इतने अलग तो कैन बॉक्सिस लगे हुए हैं, उसे अपनी बॉटल जी डिस्पोज कर सकते हैं, पर यह नहीं कि असी जो देखिए कि पत्थर ही है इतने कोई देखता चला के मारो, नो इदा दीज़ा जड़िया ने वो नहीं करनिया चाहिए, साड़ी खुद की एक चंगा नागरिक होने के फर्ज सानू निभाने चाहिए, जो अजिंह थावान के उत्ते आने ही ये बीचा साफ रह सकदियां ने, वधिया रह सकदियां ने, जे असी इन्हां नूं साफ रखांगे, सो हर किसी का अपना फर्ज आ, फर्ज जिहड़े उहनूं निभाउणे चाहीदे ने, इन्हां जगह नूं ब्यूटीफुल हैगियां ने ते ब्यूटीफुल रहण दईए, इसे करके कहिंदे आ ब्यूटीफुल ब्रिटिश कोलंबिया, तो ग्रीनरी है, पहाड़ है, सी है, माउंटेन है, सी टू स्काई, इसे करके इहदा नाम जिहड़ा आ इस प्रोविंस का जिहड़ा उह रख्या गया, मोटो इस प्रोविंस का यह है कि सी टू स्काई तुसीं जा सकदे आ, ते असी एक्सप्लोर कर रहे हैं जी बीसी नूं, ट्रैवल हॉटस्पॉट एक्सप्लोर बीसी। हॉटस्पॉट एक्सप्लोर बीसी ते आयोना बीच तो असीं वापस आ रहे हैगे, ते हुण मैनूं पूरी फील इस तरह की आ रही है कि जिवें मैं ट्रैवल करन दे लई जाणा हुंदा, फ्लाइट मेरा इंतजार कर रही है, क्योंकि फ्लाइट मैनूं देख रही है कि लगेज दी बस घट है जी अर्शजीत, हुण आपां तुसीं देखो कि आपां हुण जद आयोना तो वापस आ रहे हैगे जी, तां राइट साइड ते आ व्यू पैंदा हैगा जी, जिथे तुसीं लाइट है जी बिल्कुल, सो ए लाइट जिहड़ी है इह ग्रोर लाइट हैगी है, ते राइट हैंड साइड दे उत्ते बिल्कुल इत्थे तुसीं ड्रोन अलाउड नहीं हैगा ये दस्या होया, ते बिल्कुल राइट हैंड साइड दे उत्ते जदों असीं लाइट क्रॉस भी कर लैंदे आ
ਤਾਂ ਉਸ ਦੇ ਉੱਤੇ ਆ ਕੇ ਤੁਸੀਂ ਗੱਡੀ ਪਾਰਕ ਕਰਕੇ ਆਪਣੇ ਜਿਹੜਾ ਵਿਊ ਦੇਖ ਸਕਦੇ ਆ। ਸੋ ਇੱਧਰ ਪਾਰਕਿੰਗ ਲਾਟ ਵੀ ਹੈਗੀ ਆ, ਸੋ ਕਈ ਲੋਕ ਪਾਰਕਿੰਗ ਲਾਟ ਦੇ ਵਿੱਚ ਵੀ ਗੱਡੀਆਂ ਜਿਹੜੀਆਂ ਨੇ ਪਾਰਕ ਕਰ ਲੈਂਦੇ ਨੇ, ਤੇ ਲਾਈਟ ਦੇ ਸਾਹਮਣੇ ਬਿਲਕੁਲ ਵੀ ਗੱਡੀ ਜਿਹੜੀ ਉਹ ਪਾਰਕ ਕੀਤੀ ਜਾ ਸਕਦੀ ਹੈ, ਤੇ ਉੱਥੇ ਪਾਰਕ ਦੇ ਵਿੱਚ ਬੈਠ ਕੇ ਪਾਰਕ ਕਰਕੇ ਤੇ ਤੁਸੀਂ ਇੰਜੋਏ ਕਰ ਸਕਦੇ ਆ, ਲਾਈਟਸ ਨੂੰ ਆਉਂਦੀਆਂ ਦੇਖ ਸਕਦੇ ਆ, ਤੇ ਬਿਲਕੁਲ ਇਸ ਤਰ੍ਹਾਂ ਦੇ ਲੱਗਦਾ ਕਿ ਪਲੇਨ ਤੁਹਾਡੇ ਸਿਰ ਦੇ ਉੱਤੇ ਆ ਜਾਣਾ। ਇੰਨਾ ਕੁ ਜ਼ਿਆਦਾ ਵਧੀਆ ਵਿਊ ਜਿਹੜਾ ਦੇਖਣ ਨੂੰ ਮਿਲਦਾ। ਹੁਣ ਅਸੀਂ ਜਾ ਰਹੇ ਹਾਂ ਜੀ ਮੈਕਆਰਥਰ ਗਲੈਨ ਡਿਜ਼ਾਈਨਰ ਆਊਟਲੈਟ ਪਾਰਕਿੰਗ ਦੇ ਵਿੱਚ ਅਸੀਂ ਕਰ ਗਏ ਹਾਂ ਜੀ ਐਂਟਰ, ਤੇ ਪਾਰਕਿੰਗ ਤੁਸੀਂ ਦੇਖੋ ਕਿ ਇਹਦੀ ਬਹੁਤ ਵਧੀਆ ਮੈਨੂੰ ਲੱਗਦੀ ਹੁੰਦੀ ਹੈ, ਕਿਉਂਕਿ ਅਸੀਂ ਯੂਜ਼ਲੀ ਪਾਰਕਿੰਗ ਲੱਭਦੇ ਹਾਂ ਨੇੜੇ ਜੇ, ਇੱਥੋਂ ਨਾਣਾ ਪਵੇ, ਪਰ ਇਹ ਹੈ ਕਿ ਪਾਰਕਿੰਗ ਇੰਨੀ ਕੁ ਜ਼ਿਆਦਾ ਕਿ ਤੁਹਾਨੂੰ ਪਾਰਕਿੰਗ ਮਿਲ ਹੀ ਜਾਂਦੀ ਹੈ ਚਾਹੇ ਥੋੜੀ ਜਿਹੀ ਦੂਰੀ ਮਿਲੇ। ਸੋ ਇਹ ਪਾਰਕਿੰਗ ਜੀ ਅਸੀਂ ਏਰੀਏ ਦੇ ਵਿੱਚ ਪਹੁੰਚ ਗਏ ਹਾਂ ਮੈਕਆਰਥਰ ਗਲੈਨ, ਜਿੱਥੇ ਕਿ ਆਈ ਐਮ ਸੋ ਐਕਸਾਈਟਿਡ ਅਬਾਊਟ ਪਲੇਨਸ, ਕਿਉਂਕਿ ਸ਼ਾਪਿੰਗ ਜਿਹੜੀ ਆ ਉਹ ਤਾਂ ਸਾਰੇ ਐਕਸਾਈਟਿਡ ਹੁੰਦੇ ਹੀ ਹੁੰਦੇ ਆ, ਪਰ ਜਿਹੜਾ ਵਿਊ ਹੈ ਨਾ ਕਿ ਜਦੋਂ ਤੁਸੀਂ ਆਊਟਲੈਟ ਦੇ ਵਿੱਚ ਜਾ ਰਹੇ ਆ, ਇੱਕ ਸਟੋਰ ਤੋਂ ਦੂਜੇ ਸਟੋਰ ਦੇ ਵਿੱਚ ਜਾ ਰਹੇ ਆ, ਤੇ ਨਾਲ ਨਾਲ ਪਲੇਨ ਤੁਹਾਡੇ ਸਿਰ ਉੱਤੋਂ ਦੀ ਆ ਰਹੇ ਆ, ਤੇ ਉਹਦੇ ਵਰਗਾ ਤਾਂ ਕੋਈ ਵਿਊ ਹੀ ਨਹੀਂ ਹੈਗਾ, ਤੇ ਉਹਦੀ ਕੋਈ ਰੀਸ ਨਹੀਂ ਕਰ ਸਕਦਾ। ਸਾਹਮਣੇ ਤੁਸੀਂ ਬ੍ਰਿਜ ਦੇਖ ਸਕਦੇ ਆ, ਤੇ ਬ੍ਰਿਜ ਦੇ ਨਾਲ ਨਾਲ ਇਹ ਜਿਹੜਾ ਮੈਕਆਰਥਰ ਗਲੈਨ ਡਿਜ਼ਾਈਨਰ ਆਊਟਲੈਟ ਤੁਸੀਂ ਦੇਖ ਰਹੇ ਆ। ਸੋ ਆਪਾਂ ਅੰਦਰ ਚੱਲਦੇ ਹਾਂ ਤੇ ਵਿਜ਼ਿਟ ਕਰਦੇ ਹਾਂ ਡਿਜ਼ਾਈਨਰ ਆਊਟਲੈਟਸ ਜੀ। ਪਾਰਕ ਤੇ ਆਇਓ ਨਾ ਬੀਚ ਤੋਂ ਬਾਅਦ, ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਮੈਕਆਰਥਰ ਡਿਜ਼ਾਈਨਰ ਆਊਟਲੈਟ ਦੇ ਵਿੱਚ, ਤੇ ਇਹ ਆਊਟਲੈਟ ਬਹੁਤ ਫੇਮਸ ਹੈ, ਤੇ ਇਹਨੂੰ ਬਹੁਤ ਸਾਰੇ ਲੋਕ ਏਅਰਪੋਰਟ ਵਾਲਾ ਮਾਲ ਵੀ ਕਹਿੰਦੇ ਆ। ਸੋ ਏਅਰਪੋਰਟ ਵਾਲੇ ਆਊਟਲੈਟ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ, ਤੇ ਬਹੁਤ ਸਾਰੇ ਲੋਕ ਵਿਜ਼ਿਟ ਕਰ ਚੁੱਕੇ ਨੇ ਜਿਨ੍ਹਾਂ ਨੇ ਫਲਾਈਟ ਲੈਣੀ ਹੁੰਦੀ ਹੈ, ਕਈ ਵਾਰੀ ਉਹ ਪਹਿਲਾਂ ਹੀ ਆ ਜਾਂਦੇ ਨੇ, ਤੇ ਦੇਖ ਸਕਦੇ ਹਾਂ ਅਸੀਂ ਬਹੁਤ ਸਾਰੇ ਲੋਕ ਸੂਟਕੇਸ ਦੇ ਨਾਲ ਜਾ ਰਹੇ ਹੁੰਦੇ ਨੇ, ਤੇ ਕਈ ਲੋਕ ਇੱਥੇ ਸਪੈਸ਼ਲੀ ਆਉਂਦੇ ਨੇ ਡੇ ਸਪੈਂਡ ਕਰਨ ਦੇ ਲਈ, ਨਾਲ ਸ਼ਾਪਿੰਗ ਹੋ ਜਾਂਦੀ ਹੈ, ਨਾਲ ਖਾਣ ਪੀਣ ਦਾ ਪੂਰਾ ਬੰਦੋਬਸਤ ਹੈ ਇੱਥੇ। ਆਓ ਚੱਲਦੇ ਹਾਂ ਅੰਦਰ ਤੇ ਐਕਸਪਲੋਰ ਕਰਦੇ ਹਾਂ, ਚਲੀਏ ਕਰਨ। ਮੈਕਆਰਥਰ ਡਿਜ਼ਾਈਨਰ ਆਊਟਲੈਟ ਜਦੋਂ ਪਹੁੰਚਦੇ ਹਾਂ ਤਾਂ ਅਲੱਗ ਅਲੱਗ ਐਂਟਰੀਜ਼ ਕਹਿ ਸਕਦੇ ਹਾਂ ਕਿ ਜਿੱਦੇ ਤੇ ਤੁਸੀਂ ਪਾਰਕ ਲਈ ਆ ਉੱਥੋਂ ਹੀ ਸਿੱਧਾ ਜਾ ਸਕਦੇ ਹਾਂ। ਸੋ ਅਸੀਂ ਜਿਹੜੀ ਸ਼ੈੱਡ ਬਣੀ ਆ ਉਹਦੇ ਥਰੂ ਜਾ ਰਹੇ ਹਾਂ, ਤੇ ਜਦੋਂ ਜਾਂਦੇ ਹਾਂ ਤਾਂ ਸੱਜੇ ਪਾਸੇ ਸਾਨੂੰ ਇੱਕ ਆਈਸਕ੍ਰੀਮ ਟਰੱਕ ਪਾਰਕ ਹੋਇਆ ਮਿਲਦਾ, ਜਿਹੜਾ ਬੱਚਿਆਂ ਨੂੰ ਬਹੁਤ ਅਟਰੈਕਟ ਕਰਦਾ ਕਿ ਆਈਸਕ੍ਰੀਮ ਖਾਧੀ ਜਾਵੇ, ਹੋਰ ਨਹੀਂ ਤਾਂ ਕੁਛ। ਸੋ ਇਹ ਹਮੇਸ਼ਾ ਜਿਹੜਾ ਪੋਲੋ ਦਾ ਸਟੋਰ ਹੈ ਉਹਦੇ ਨਾਲ ਹੀ ਪਾਰਕ ਕੀਤਾ ਹੁੰਦਾ। ਸੋ ਵਨ ਆਫ ਮਾਈ ਫੇਵਰੇਟ ਆਈਸਕ੍ਰੀਮ ਹੈਗੀ ਹੈ ਜੀ, ਬੜਾ ਹੀ ਡਿਲੀਸ਼ੀਅਸ ਫੂਡ ਜਿਹੜਾ ਤੁਹਾਨੂੰ ਇੱਥੇ ਖਾਣ ਨੂੰ ਜਿਹੜਾ ਮਿਲਦਾ। ਪਲੇਨ ਲਗਾਤਾਰ ਆ ਰਹੇ ਆ, ਸੋ ਜੇ ਆਵਾਜ਼ 'ਚ ਥੋੜ੍ਹੀ ਡਿਸਟਰਬੈਂਸ ਹੋਏਗੀ ਤਾਂ ਸਾਨੂੰ ਮਾਫ਼ ਕਰਨਾ, ਕਿਉਂਕਿ ਅਸੀਂ ਬਿਲਕੁਲ ਉਸ ਏਰੀਆ ਦੇ ਵਿੱਚ ਹਾਂ ਜਿੱਥੇ ਟਾਈਮ ਟੂ ਟਾਈਮ ਪਲੇਨ ਜਿਹੜੇ ਆ ਉਹ ਆ ਰਹੇ ਹੈਗੇ ਨੇ। ਸੋ ਇਹ ਇੱਕ ਆਈਸਕ੍ਰੀਮ ਟਰੱਕ ਹੈਗਾ ਕਿ ਜਿੱਥੇ ਤੁਸੀਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਆਈਸਕ੍ਰੀਮਸ ਜਿਹੜੀਆਂ ਨੇ ਉਹ ਖਾ ਸਕਦੇ ਹਾਂ, ਸਿਨੇਮਨ, ਆਲਮੰਡ, ਅਲੱਗ ਅਲੱਗ ਫਲੇਵਰ ਹੈਗੇ ਨੇ। ਸੋ ਜਦੋਂ ਅਸੀਂ ਮੈਕਆਰਥਰ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਮੈਂ ਕਿਹਾ ਕਿ ਫੂਡ ਦੇ ਲਈ ਕਾਫੀ ਫੇਮਸ ਹੈ, ਇੱਥੇ ਇੱਕ ਪੀਜ਼ਾ ਬਹੁਤ ਟੇਸਟੀ ਆ, ਵਨ ਆਫ ਮਾਈ ਫੇਵਰੇਟ ਪੀਜ਼ਾਸ, ਕਿ ਜਦੋਂ ਮੈਨੂੰ ਕੁਛ ਵੀ ਖਾਣ ਨੂੰ ਜੀ ਨਹੀਂ ਕਰਦਾ ਕੀ ਖਾਇਆ ਜਾਵੇ ਤਾਂ ਇੱਕ ਦਿਮਾਗ ਦੇ ਵਿੱਚ ਆਉਂਦਾ ਬੀਬੋ ਪੀਜ਼ਾ, ਬਸ ਦੈਟ ਇਜ਼ ਮਾਈ ਫੇਵਰੇਟ ਹੀਅਰ। ਸੋ ਤੁਹਾਡਾ ਕੀ ਫੇਵਰੇਟ ਹੈ ਜ਼ਰੂਰ ਦੱਸਿਓ। ਜਾਪਾ ਡੋਗ ਇਜ਼ ਵਨ ਆਫ ਮਾਈ ਫੇਵਰੇਟ ਐਜ਼ ਵੈਲ। ਸੋ ਆਹ ਬੀਬੋ ਪੀਜ਼ਾ ਜਾਂ ਹੋਰ ਫੂਡ ਜਿਹੜੀ ਹੈ ਉਹ ਖੁੱਲ੍ਹਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਟਰੱਕ ਦੇ ਵਿੱਚ ਫੂਡ ਲਾਇਆ ਜਾਂਦਾ ਸੀ ਜਾਪਾ ਡੋਗ ਦੇ ਵੱਲੋਂ, ਅਤੇ ਉਸ ਤੋਂ ਬਾਅਦ ਹੁਣ ਉਹਨਾਂ ਨੇ ਇੱਕ ਆਪਣਾ ਸਟੋਰ ਉਸੇ ਕੋਰਨਰ ਦੇ ਵਿੱਚ ਲੈ ਲਿਆ, ਬਿਲਕੁਲ ਐਂਡ ਦੇ ਉੱਤੇ ਜਾ ਕੇ ਆ, ਤੁਸੀਂ ਟਰਾਈ ਕਰ ਸਕਦੇ ਹਾਂ। ਜੇ ਕੁਛ ਨਹੀਂ ਪਤਾ ਲੱਗਦਾ ਤਾਂ ਆਹ ਪੂਰੀ ਡਾਇਰੈਕਟਰੀ ਆ, ਸੋ ਇਸ ਡਾਇਰੈਕਟਰੀ 'ਚ ਤੁਸੀਂ ਸਰਚ ਕਰ ਸਕਦੇ ਹਾਂ। ਸੋ ਆਹ ਬੜੀ ਕਮਾਲ ਦੀ ਚੀਜ਼ ਹੈਗੀ ਹੈ ਜਿਹੜੀ ਹੈਲਪ ਕਰਦੀ ਹੈ ਵੀ ਤੁਸੀਂ ਗੁੰਮੋ ਨਾ। ਹੁਣ ਮੰਨ ਲਓ ਇੰਨੇ ਸਟੋਰ ਹੈ, ਇੰਨੇ ਸਟੋਰਾਂ ਦੇ ਵਿੱਚ ਅਸੀਂ ਜਾਣਾ ਨਹੀਂ, ਅਸੀਂ ਸਿਰਫ ਜਾਣਾ ਹੈ ਟੌਮੀ ਦੇ ਸਟੋਰ ਦੇ ਵਿੱਚ। ਸੋ ਆਪਾਂ ਇੱਥੇ ਟਾਈਪ ਕਰਨਾ ਜੀ ਟੌਮੀ TOMMY, ਆਪਾਂ ਟਾਈਪ ਕੀਤਾ, ਆਪਾਂ ਕਿਡਸ ਦੇ 'ਚ ਜਾਣਾ ਕਿ ਵੱਡਿਆਂ ਦੇ 'ਚ ਜਾਣਾ। ਸੋ ਆਪਾਂ ਕਿਡਸ ਨੂੰ ਜਦੋਂ ਕਲਿੱਕ ਕਰਦੇ ਹਾਂ, ਸੋ ਇਹ ਮੈਪ ਦਿਖਾ ਦਿੰਦਾ ਯੂ ਆਰ ਹੀਅਰ, ਸੋ ਟੌਮੀ ਹਿਲਫਿਗਰ ਜਦੋਂ ਆਪਾਂ ਇੱਥੋਂ ਜਾਵਾਂਗੇ। ਸੋ ਆਹ ਸਟੋਰ ਆ ਚੁੱਕਿਆ ਜੀ ਟੌਮੀ ਦਾ, ਇੰਨਾ ਵੱਡਾ 380,000 ਸਕੁਐਰ ਮੀਟਰ ਜਿਹੜਾ ਇਹ ਫੈਲਿਆ ਹੋਇਆ। ਸੋ ਕਈ ਵਾਰ ਅਸੀਂ ਗੁਆਚ ਜਾਂਦੇ ਹਾਂ, ਸੋ ਇੱਥੇ ਪਹੁੰਚਿਆ ਜਾ ਸਕਦਾ, ਕਾਲ ਕੀਤੀ ਜਾ ਸਕਦੀ ਹੈ, ਕਾਲ ਕਰਕੇ ਪਤਾ ਲਗਾਇਆ ਜਾ ਸਕਦਾ ਜੀ ਕਿ ਅਸੀਂ ਕਿੱਥੇ ਗਵਾਚ ਗਏ ਆ, ਕੀ ਕੁਝ ਹੋਰ ਇਨਫੋਰਮੇਸ਼ਨ ਚਾਹੀਦੀ ਆ। ਸੋ ਐਕਸੈਸਿਬਲ ਹੈਗਾ ਕਰਨ ਆਈ ਕੈਸ ਜੀ 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 ਬਿਲਕੁਲ, ਮੇਰਾ ਇੱਥੇ ਫੇਵਰੇਟ ਸ਼ੋਰੂਮ ਹੈਗਾ ਜੀ, ਐਕਚੁਅਲੀ ਕੋਈ ਵੀ ਨਹੀਂ, ਬਹੁਤ ਸਾਰੇ ਹੈ ਇੱਥੇ, ਦੇਖੋ ਬਹੁਤ ਹੈ, ਤੁਸੀਂ ਚੋਇਸਿਸ ਹੀ ਦੇਖੋ ਕਿੰਨੀ ਸਾਰੀ ਆਪਣੇ ਕੋਲ, ਵਾਈਡ ਵੈਰਾਈਟੀ ਆ ਜਾਂਦੀ ਹੈ। ਮੈਨੇ ਕੋ ਤੁਹਾਨੂੰ ਅੱਛਾ ਮਿਲ ਜਾਂਦਾ, ਬਨਾਨਾ ਰਿਪਬਲਿਕ ਅੱਛਾ ਮਿਲ ਜਾਂਦਾ, ਜਿਹੜਾ ਮੇਰਾ ਐਕਸਪੀਰੀਅੰਸ ਆ, ਤੁਸੀਂ ਆਪਣਾ ਐਕਸਪੀਰੀਅੰਸ ਜ਼ਰੂਰ ਦੱਸਿਓ।
ਕੇਕ ਸਪੇਡ ਤੁਹਾਨੂੰ ਅੱਛਾ ਜੇ ਕਿਸੇ ਨੂੰ ਗਿਫਟ ਕਰਨਾ ਤੁਸੀਂ ਅੱਛਾ ਵਧੀਆ ਡਿਊਰੇਬਲ ਬ੍ਰਾਂਡ ਹੈਗਾ ਤੁਸੀਂ ਉੱਥੇ ਜਾ ਸਕਦੇ ਆ ਕੋਚ ਅੱਛਾ ਹੈਗਾ ਇੱਥੇ ਇੱਥੇ ਮਾਈਕਲ ਕੋਰਸ ਲੋਕ ਬਹੁਤ ਲੈ ਕੇ ਜਾਂਦੇ ਆ ਸੋ ਇੱਕ ਬ੍ਰਾਂਡ ਹੈ ਜਿਹੜਾ ਤੁਹਾਨੂੰ ਡਿਸਕਾਊਂਟਡ ਪ੍ਰਾਈਸਿਸ ਦੇ ਉੱਤੇ ਮਿਲ ਜਾਂਦੇ ਹੈਗੇ ਨੇ ਸੋ ਟੈਰੀ ਬ੍ਰੁਚ ਦਾ ਵੀ ਹੈਗਾ ਇੱਥੇ ਤੁਸੀਂ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਆ ਸੋ ਹੋਰ ਕਾਫੀ ਨਾਮ ਹੈ ਇਹ ਸਾਰਿਆਂ ਨੇ ਸਾਨੂੰ ਸਪੌਂਸਰ ਨਹੀਂ ਕੀਤਾ ਵਰਸਾਚੇ ਜੋ ਮੈਨੂੰ ਅੱਜ ਤੱਕ ਕੋਈ ਅੱਛੀ ਡੀਲ ਨਹੀਂ ਮਿਲੀ ਸੋ ਡਿਸਕਾਰਡਡ ਫਰੋਮ ਮੀ ਤੇ ਇੱਥੇ ਵੈਸੇ ਜੇ ਆਪਾਂ ਅੱਜ ਦੇਖ ਹੀ ਲਈਏ ਅਸੀਂ ਹਰ ਚੀਜ਼ ਦੀ ਇੱਥੇ ਕੋਈ ਸਪੌਂਸਰ ਨਹੀਂ ਹੈਗਾ ਅੱਜ ਸ਼ੋਅ ਦੇ ਸਾਡੇ ਇਹ ਸਿਰਫ ਟਰੈਵਲ ਆਪਾਂ ਦਿਖਾ ਰਹੇ ਹਾਂ ਅੱਜ ਅਸੀਂ ਸਿਰਫ ਟਰੈਵਲ ਕਰਦੇ ਹਾਂ ਕਿ ਜੇ ਤੁਸੀਂ ਇਹ ਚੀਜ਼ਾਂ ਲਾਈਕ ਕਰਦੇ ਹਾਂ ਤਾਂ ਤੁਸੀਂ ਇੱਥੇ ਆ ਸਕਦੇ ਆ ਯੂ ਨੇਮ ਇਟ ਤੁਹਾਨੂੰ ਸਾਰੀਆਂ ਚੀਜ਼ਾਂ ਮੋਸਟਲੀ ਇੱਥੇ ਮਿਲ ਜਾਣਗੀਆਂ ਤੇ ਨਾਲ ਨਾਲ ਡਿਸਕਾਊਂਟਡ ਪ੍ਰਾਈਸਿਸ ਤੇ ਸਮ ਟਾਈਮਸ 70-80% ਆਫ ਮਿਲ ਜੇਗਾ ਹੋਰ ਕੀ ਚਾਹੀਦਾ ਬ੍ਰਾਂਡ ਦੇ ਉੱਤੇ ਜੇ ਤੁਹਾਨੂੰ ਆਫ ਮਿਲ ਰਿਹਾ ਇਸ ਤੋਂ ਵਧੀਆ ਚੀਜ਼ ਕੀ ਹੋ ਸਕਦੀ ਹੈ ਹਿਊਗੋ ਬੌਸ ਸਮ ਟਾਈਮਸ ਸਮ ਅੱਛੀਆਂ ਜਿਹੜੀਆਂ ਇੱਥੇ ਮਿਲ ਜਾਂਦੀਆਂ ਨੇ ਤੇ ਕਿਆ ਆਪਾਂ ਦਿਖਾ ਦਈਏ ਆਪਾਂ ਜਬ ਜਿੰਨਾ ਆਪਾਂ ਇੰਟੀਰੀਅਰ ਜਾਂਦੇ ਇੱਕ ਵਿੱਚ ਸੈਂਟਰ 'ਚ ਆਹ ਜਿਹੜਾ ਕੈਫੇ ਪੈਂਦਾ ਜਿਹੜਾ ਮੈਂ ਹੁਣ ਦਿਖਾ ਰਿਹਾ ਹੈਗਾ ਉਹ ਦੇ ਹੈਵ ਬੈਸਟ ਕਾਫੀ ਯੈਸ ਤਾਂ ਜਿਹੜੇ ਵੀ ਆਪਣੇ ਪਹਿਲਾਂ ਇਹ ਤੁਸੀਂ ਆਪਣੇ ਖਾਣਾ ਪੀਣਾ ਵਾਲੀ ਚੀਜ਼ਾਂ ਕਰਨੀਆਂ ਉਹ ਤੁਸੀਂ ਇੱਥੇ ਆ ਕੇ ਫੁਲਫਿਲ ਕਰੋ ਕਰਨ ਨੂੰ ਸਭ ਤੋਂ ਪਹਿਲਾਂ ਸਟੋਰ 'ਚ ਖਾਣ ਪੀਣ ਵਾਲੀਆਂ ਚੀਜ਼ਾਂ ਦਿਸੀਆਂ ਨੇ ਪਹਿਲਾਂ ਮੈਨੂੰ ਪੁਆਇੰਟ ਕੀਤਾ ਕਿ ਆਈਸਕ੍ਰੀਮ ਆ ਫਿਰ ਹੁਣ ਕਾਫੀ ਆ ਸੋ ਕਾਫੀ ਇਹ ਬਹੁਤ ਅੱਛੀ ਕਾਫੀ ਹੈਗੀ ਆ ਤੁਸੀਂ ਇਹਨੂੰ ਆ ਕੇ ਇੰਜੋਏ ਕਰ ਸਕਦੇ ਆ ਫਿਰ ਅਸੀਂ ਮੈਨੂੰ ਲੱਗਦਾ ਉਸ ਪਾਸੇ ਚੱਲੇ ਆ ਜਿੱਥੇ ਖਾਣ ਪੀਣ ਮਿਲਦਾ ਸੋ ਦੇਖੋ ਇਸ ਤਰ੍ਹਾਂ ਦੇ ਨਾਲ ਪਲੇਨ ਜਾ ਰਹੇ ਨੇ ਤੇ ਪਲੇਨ ਤੁਹਾਨੂੰ ਅਟਰੈਕਟ ਕਰਦੇ ਨੇ ਨਾਲ ਨਾਲ ਸੋ ਸ਼ਾਪਿੰਗ ਐਕਸਪੀਰੀਅੰਸ ਤੁਹਾਡਾ ਹੋਰ ਵੀ ਬੈਟਰ ਹੋ ਜਾਂਦਾ ਸੋ ਆਓ ਫਿਰ ਹੋਰ ਦੇਖਦੇ ਆ ਇਸ ਆਊਟਲੈਟ ਨੂੰ ਤੇ ਨਾਲ ਹੋਰ ਜਾਣਦੇ ਆ ਇਸ ਆਊਟਲੈਟ ਦੇ ਬਾਰੇ ਜੀ ਕਾਟੇ ਸਪਾਡੇ ਕੋਲ ਆ ਗਏ ਕਿੰਨੇ ਲੋਕਾਂ ਨੇ ਇਹਨੂੰ ਕਾਟੇ ਸਪਾਡੇ ਪੜਿਆ ਸੀ ਮੈਂ ਸਟਾਰਟਿੰਗ ਚ ਨਹੀਂ ਮੈਂ ਗੇਟਸ ਪੇਡੀ ਪੜਿਆ ਪਰ ਮੈਂ ਟਿਕਟੌਕ ਤੇ ਸੁਣੇ ਕਾਟੇ ਸਪਾਡੇ ਹਾਂ ਮੈਂ ਵੀ ਉੱਥੇ ਹੀ ਸੁਣਿਆ ਵੀ ਆਪਾਂ ਐਵੇਂ ਕਹੀਏ ਤਾਂ ਗੇਟਸ ਪੇਡ ਦੇ ਕੋਲ ਅਸੀਂ ਤੁਰੇ ਫਿਰਦੇ ਆ ਤੇ ਐਸ ਯੂਜੂਅਲ ਕਰਨ ਕਾਫੀ ਤੋਂ ਬਿਨਾ ਨਹੀਂ ਰਹਿ ਸਕਦੇ ਤੇ ਹੁਣ ਇਹਨੇ ਮੈਨੂੰ ਵੀ ਐਡਿਕਟਡ ਕਰਦਾ ਕਾਫੀ ਦਾ ਸੋ ਕਾਫੀ ਅਸੀਂ ਲੈ ਰਹੀ ਹੈ ਤੇ ਹੁਣ ਅਸੀਂ ਜਾ ਰਹੇ ਹਾਂ એનર્ਜੀ ਵੀ ਚਾਹੀਦੀ ਹੈ ਇੰਨਾ ਜ਼ਿਆਦਾ ਸਕੁਅਰ ਜਿਹੜਾ ਮੀਟਰਸ ਦੇ ਵਿੱਚ ਫੈਲਿਆ ਹੋਇਆ ਹੈ ਇਹਨੂੰ ਘੁੰਮਣ ਦੇ ਲਈ ਸੋ ਜਦੋਂ એનર્ਜੀ ਮੁੱਕ ਜਾਂਦੀ ਹੈ ਤੇ ਖਾਸ ਕਰਕੇ ਸ਼ਾਪਿੰਗ ਦੇ ਲਈ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਨੇ ਲੋਕ ਕਰਨ ਜੀ ਜੀ ਬੱਚੇ ਇੰਨੀ ਨਹੀਂ ਸ਼ਾਪਿੰਗ ਕਰ ਸਕਦੇ ਤੇ ਜਦੋਂ ਆਪਣਾ ਉਹਨਾਂ ਨੇ ਕੋਈ ਚੀਜ਼ ਲੈਣੀ ਆ ਉਦੋਂ ਥੋੜੇ ਜਿਹਾ ਐਕਸਾਈਟਡ ਹੁੰਦੇ ਆ ਅਦਰਵਾਈਜ਼ ਨਹੀਂ ਐਕਸਾਈਟਡ ਅਦਰਵਾਈਜ਼ ਤਾਂ ਜੀ ਵੈਸੇ ਵੈਸੇ ਸ਼ੋਰੂਮ ਦੇ ਬਾਹਰ ਹੀ ਆਪਾਂ ਕਿਡਸ ਪਲੇਗਰਾਉਂਡ ਹੋ ਗਿਆ ਜਾਂ ਕਿਤੇ ਬਾਹਰ ਹੀ ਬੈਠੇ ਰਹੋ ਅੱਛਾ ਮੈਨੂੰ ਇਹ ਦੱਸੋ ਤੁਸੀਂ ਕਿ ਸ਼ਾਪਿੰਗ ਕਰਨੀ ਕਿੰਨੀ ਕੁ ਪਸੰਦ ਆ ਮੈਨੂੰ ਬਹੁਤ ਪਸੰਦ ਆ ਬਸ ਪੈਸੇ ਹੋਣ ਸੇਮ ਤੇ ਪਰ ਸ਼ਾਪਿੰਗ 'ਚ ਇਹ ਹੋ ਜਾਂਦਾ ਕਿ ਮੈਂ 2-3 ਘੰਟੇ ਤੋਂ ਵੱਧ ਸ਼ਾਪਿੰਗ ਨਹੀਂ ਕਰ ਸਕਦੀ ਜੀ ਜੀ ਸੋ ਇਹ ਮੈਨੂੰ ਲੱਗਦਾ ਕੁਝ ਨਵੀਂ ਚੀਜ਼ ਆ ਕਹਿੰਦੇ ਕੁੜੀਆਂ ਸ਼ਾਪਿੰਗ ਬਿਨਾਂ ਰਹਿ ਨਹੀਂ ਸਕਦੀਆਂ ਮੈਂ ਕਿਤੇ ਮਾਲ ਦੇ ਵਿੱਚ ਜਾਵਾਂ 2-3 ਘੰਟੇ ਤੋਂ ਬਾਅਦ ਮੈਂ ਐਗਜ਼ੌਸਟ ਹੋ ਜਾਂਦੀ ਆ ਹਾਂਜੀ ਉਸ ਤੋਂ ਬਾਅਦ ਬਸ ਫਿਰ ਮੈਨੂੰ ਹੁੰਦਾ ਘਰੇ ਚਲੋ ਵਾਪਸ ਬਸ ਡਨ ਸੋ ਬੱਚੇ ਤਾਂ ਫਿਰ ਤੁਸੀਂ ਦੇਖੋ ਘੰਟੇ 2 ਘੰਟੇ ਜੇ ਐਗਜ਼ੌਸਟ ਹੋ ਜਾਂਦੇ ਹੋਣਗੇ ਸੋ ਉਹਨਾਂ ਦੇ ਲਈ ਵੀ ਖਾਸ ਪ੍ਰਬੰਧ ਹੈ ਇੱਕ ਪਲੇਗਰਾਉਂਡ ਬਣਾਇਆ ਹੋਇਆ ਸੋ ਫਿਰ ਪਲੇਗਰਾਉਂਡ ਵਾਲੇ ਪਾਸੇ ਚੱਲੀਏ ਉਹਨਾਂ ਦੇ ਹੀ ਸਟੋਰਾਂ ਦੇ ਕੋਲ ਸੋ ਓਸ਼ਕੋਸ਼ ਜਿਹੜਾ ਇੱਕ ਬ੍ਰਾਂਡ ਆ ਬੱਚਿਆਂ ਦਾ ਉਹ ਬ੍ਰਾਂਡ ਬੜਾ ਵਧੀਆ ਮੈਂ ਚਾਹ ਹਾਊਸ ਦੇਖ ਰਿਹਾ ਮੇਰੇ ਰੈਡ ਤੇ ਨਵਾਂ ਖੁੱਲਿਆ ਇਹ ਨਵਾਂ ਖੁੱਲਿਆ ਜੀ ਸੋ ਚਾਹ ਦਾ ਚਾਹ ਇਹ ਹੁਣ ਚਾਹ ਹੈਗੀ ਹੈ ਕਿ ਕੋਈ ਹੋਰ ਚੀਜ਼ ਲੱਗਦੇ ਹੈ ਚਾਈਨੀਜ਼ ਵਾਲੀ ਚਾਹ ਚਾਈਨੀਜ਼ ਚਾਚਾ ਤਾਂ ਨਹੀਂ ਚਾਚਾ ਸੋ ਯੈਸ ਸੋ ਇੱਥੇ ਬੱਚਿਆਂ ਦੇ ਸਟੋਰਾਂ ਦੇ ਬਿਲਕੁਲ ਪਿੱਛੇ ਚਾਕਲੇਟ ਸਟੋਰ ਵੀ ਹੈ ਸੋ ਲਿੰਡਟ ਦੇ ਜਿਹੜੇ ਚਾਕਲੇਟ ਹੈਗੇ ਆ ਵਨ ਆਫ ਮਾਈ ਫੇਵਰਿਟ ਚਾਕਲੇਟ ਹੈਗੇ ਆ ਸੋ ਉੱਥੇ ਆ ਤੇ ਉਹਦੇ ਬਿਲਕੁਲ ਪਿੱਛੇ ਚਾਕਲੇਟ ਸਟੋਰ ਦੇ ਬਿਲਕੁਲ ਪਿੱਛੇ ਰਾਈਡਸ ਹੈਗੀਆਂ ਜਿਹੜੀਆਂ ਸ਼ੈੱਡ ਦੇ ਵਿੱਚ ਆ ਸੋ ਇੱਥੇ ਜਦੋਂ ਤੁਸੀਂ ਬੋਰ ਹੋ ਜਾਓ ਇਹ ਨਿਊ ਬਣਾਇਆ ਹਨਾ ਜੀ ਨਹੀਂ ਜੀ ਇਹ ਪਹਿਲਾਂ ਤੋਂ ਹੀ ਆ ਅੱਛਾ ਫਿਰ ਮਤਲਬ ਮੈਂ ਹੀ ਨਹੀਂ ਵਿਜ਼ਿਟ ਕੀਤਾ ਇਹਨੂੰ ਐਕਸਪਲੋਰ ਚਲੋ ਨਵੀਂ ਚੀਜ਼ ਦੇਖਣ ਨੂੰ ਮਿਲੀ ਕਰਨ ਸੋ ਇਹ ਹੈ ਜੀ ਬਿਲਕੁਲ ਸਟਾਰਟਿੰਗ ਤੋਂ ਇਹ ਬੱਚਿਆਂ ਦਾ ਪਲੇਗਰਾਉਂਡ ਹੈ ਜਿਹੜਾ ਕਿ ਛਾਂ ਦੇ ਵਿੱਚ ਆ ਤੁਸੀਂ ਦੇਖੋ ਕਿ ਬੱਚੇ ਐਗਜ਼ੌਸਟ ਹੋ ਜਾਂਦੇ ਇੰਨੀ ਧੁੱਪ 'ਚ ਕਿਉਂਕਿ ਆਊਟਲੈਟ ਬਾਹਰ ਹੁੰਦੇ ਆ ਤੇ ਬਾਹਰ ਤੁਸੀਂ ਇਹ ਨਹੀਂ ਕਿ ਮਾਲ 'ਚ ਚਲ ਗਏ ਤਾਂ ਮਾਲ ਦੇ ਵਿੱਚ ਤਾਂ ਤੁਸੀਂ ਅੰਦਰ ਅੰਦਰ ਹੀ ਘੁੰਮਣਾ ਇੱਥੇ ਵਨ ਸਟੋਰ ਟੂ ਅਨਦਰ ਸਟੋਰ ਜਾਣ ਦੇ ਲਈ ਤੁਹਾਨੂੰ ਬਾਹਰ ਛਾਂ ਦੇ ਵਿੱਚ ਆਉਣਾ ਪੈਣਾ ਤੇ ਜਦੋਂ ਬੱਚੇ ਐਗਜ਼ੌਸਟ ਹੋ ਜਾਣ ਤਾਂ ਇਹ ਛਾਂ ਦੇ ਵਿੱਚ ਰਾਈਡਾਂ ਲੱਗੀਆਂ ਹੋਈਆਂ ਨੇ ਤੇ ਰਾਈਡਾਂ ਦੇ ਵਿੱਚ ਬੱਚਿਆਂ ਨੂੰ ਜਿਹੜਾ ਘੁਮਾ ਸਕਦੇ ਆ ਸੋ ਤੁਸੀਂ ਦੇਖ ਸਕਦੇ ਆ ਕਿ ਇਹ ਬਹੁਤ ਹੀ ਸੋਹਣਾ ਸੋ ਬਿਲਕੁਲ ਦੂਜੇ ਪਲੇਗਰਾਉਂਡ ਦੇ ਵਾਂਗੂ ਕਿ ਬੱਚਾ ਡਿੱਗੇ ਨਾ ਕੋਈ ਸੱਟ ਨਾ ਲੱਗੇ ਉਸ ਤਰ੍ਹਾਂ ਦੇ ਨਾਲ ਗਰਾਊਂਡ ਤਿਆਰ ਕੀਤੀ ਆ ਤੇ ਇੱਧਰ ਤੁਸੀਂ ਦੇਖ ਸਕਦੇ ਆ ਕਿ ਅਲੱਗ ਅਲੱਗ ਜਿਹੜੇ ਨੇ ਐਰੋਪਲੇਨ ਆ ਗਿਆ ਜੀ ਤੇ ਅਲੱਗ ਅਲੱਗ ਪਲੇਨ ਵੀ ਜਾ ਰਹੇ ਹੈਗੇ ਨੇ ਸੋ ਪਲੇਨ ਦੀ ਆਵਾਜ਼ ਜਿਹੜੀ ਆ ਉਹ ਥੋੜਾ ਜਿਹਾ ਬਾਦਰ ਕਰਦੀ ਆ ਕੈਮਰਾ ਦੇ ਲਈ
ਪਰ ਜੋ ਤੁਸੀਂ ਇੱਥੇ ਆ ਜਾਂਦੇ ਆ ਤੇ ਫਿਰ ਉਹ ਵਧੀਆ ਲੱਗਦਾ ਸੋ ਹ ਪਲੇਗਰਾਉਂਡ ਦੇ ਨਾਮ ਨਾਲ ਸ਼ਾਪਿੰਗ ਸਟੋਰਸ ਹੈਗੇ ਨੇ ਤੇ ਸ਼ਾਪਿੰਗ ਸਟੋਰਸ ਦੇ ਵਿੱਚ ਆਇਆ ਜਾ ਸਕਦਾ ਜਿਵੇਂ ਮੈਂ ਬੱਚਿਆਂ ਦੀ ਗੱਲ ਕੀਤੀ ਸੀਗੀ ਕਿ ਬੱਚੇ ਆਉਣਾ ਲਾਈਕ ਕਰਦੇ ਆ ਕਿਉਂਕਿ ਉਹਨਾਂ ਦੇ ਮਤਲਬ ਦੇ ਸਟੋਰ ਮਿਲ ਜਾਂਦੇ ਆ ਉਹਨਾਂ ਨੂੰ ਉਹਨਾਂ ਨੂੰ ਕੱਪੜਿਆਂ ਦੇ ਸਟੋਰ ਮਿਲ ਜਾਂਦੇ ਆ ਖਾਣ ਪੀਣ ਦੇ ਸਟੋਰ ਮਿਲ ਜਾਂਦੇ ਆ ਚਾਕਲੇਟ ਸਟੋਰ ਮਿਲ ਜਾਂਦੇ ਆ ਤੇ ਨਾਲ ਨਾਲ ਰਾਈਡਸ ਮਿਲ ਜਾਂਦੀਆਂ ਨੇ ਸੋ ਉਹਨਾਂ ਦੇ ਲਈ ਫੁੱਲ ਫਨ ਡੇ ਪੈਕੇਜ ਮਿਲ ਜਾਂਦਾ ਸੋ ਆਪ ਵੀ ਅਸੀਂ ਥੱਕ ਜਾਂਦੇ ਆ ਕਈ ਵਾਰੀ ਤੁਰੇ ਫਿਰਦੇ ਥੱਕ ਜਾਂਦੇ ਆ ਜਾਂ ਅਸੀਂ ਐਗਜ਼ੌਸਟ ਹੋ ਜਾਂਦੇ ਆ ਇਸ ਹੀਟ ਤੋਂ ਤਾਂ ਫਿਰ ਇੱਥੇ ਬੈਂਚਸ ਲੱਗੇ ਆ ਖੁਦ ਬੈਠੋ ਬੱਚੇ ਪਲੇ ਕਰਨਗੇ ਕਿਉਂਕਿ ਬੱਚਿਆਂ ਨੂੰ ਪਲੇ ਕਰਨ ਦੇ ਨਾਲ ਹੋਰ એનર્ਜੀ ਆ ਜਾਂਦੀ ਆ ਇਹ ਗੱਲ ਮੰਨਣ ਵਾਲੀ ਆ ਕਿ ਬੱਚਿਆਂ ਨੂੰ ਜਦੋਂ ਉਹਨਾਂ ਦੀ ਮਨਪਸੰਦ ਚੀਜ਼ ਕਰਨ ਨੂੰ ਮਿਲ ਜੇ ਤਾਂ એનર્ਜੀ ਤਾਂ ਉਹਨਾਂ ਦੇ ਕੋਲ ਬਹੁਤ ਫੁੱਲ ਤੇ ਉਹਨਾਂ ਦੀ ਥਕਾਵਟ ਕਿਧਰੇ ਹੀ ਚਲ ਜਾਂਦੀ ਆ ਸੋ ਅਲੱਗ-ਅਲੱਗ ਜਗ੍ਹਾ ਦੇ ਉੱਤੇ ਟ੍ਰੀਜ਼ ਹੈਗੇ ਨੇ ਸ਼ੈਡੋ ਆ ਬੈਂਚਸ ਆ ਬੈਂਚਸ ਦੇ ਉੱਤੇ ਸ਼ੈਡੋ ਦੇ ਲਈ ਜਿਹੜੇ ਨੇ ਉਹ ਕਵਰ ਕੀਤੇ ਹੋਏ ਨੇ ਸੋ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਬਹੁਤ ਹੀ ਵਧੀਆ ਜਿਹੜਾ ਇਹ ਆਊਟਲੈਟ ਹੈ ਘੁੰਮਣ ਦੇ ਲਈ ਸ਼ਾਪਿੰਗ ਕਰਨ ਦੇ ਲਈ ਤੇ ਨਾਲ ਨਾਲ ਇੰਜੋਏ ਕਰਨ ਦੇ ਲਈ ਪਲੇਨਸ ਨੂੰ ਅੱਜ ਸਾਡਾ ਸੈਂਟਰ ਆਫ ਅਟਰੈਕਸ਼ਨ ਪਲੇਨਸ ਹੈਗੇ ਨੇ ਸੈਂਟਰ ਆਫ ਅਟਰੈਕਸ਼ਨ ਪਲੇਨਸ ਵਿਊਜ਼ ਹੈਗੇ ਨੇ ਤੇ ਉਹਦੇ ਨਾਲ ਦੇ ਨਾਲ ਹੁਣ ਆਪਾਂ ਜਦ ਆਪਾਂ ਸ਼ਾਪਿੰਗ ਸੈਂਟਰ ਚ ਆ ਗਏ ਤੇ ਹੁਣ ਆਪਾਂ ਜਿਵੇਂ ਅਰਜੀ ਹੁਣ ਆਪਾਂ ਵਿਜ਼ਿਟ ਵੀ ਕਰਕੇ ਆਏ ਇੱਕ ਅੱਧਾ ਸਟੋਰ ਆਪਾਂ ਦੇਖ ਕੇ ਆਏ ਕਿ ਉੱਥੇ ਡਿਸਕਾਊਂਟ ਲੱਗੇ ਹੋਏ ਸੀਗੇ ਜੀ 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 ਤੇ ਇੱਥੇ ਦੇਖੋ ਵੈਸੇ ਤਾਂ ਡਿਸਕਾਊਂਟ ਵੈਸੇ ਹਰ ਇੱਕ ਸ਼ੋਰੂਮ ਤੇ ਲੱਗੇ ਹੋਏ ਆ ਬਟ ਆਪਣੀ ਚੁਆਇਸਿਸ ਤੇ ਹੈਗੇ ਕਿ ਤੁਸੀਂ ਕਿਹੜੇ ਸ਼ਾਪ ਕਰਨੀ ਹੈਗੀ ਹੈ ਬਟ ਤੁਹਾਡਾ ਐਕਸਪੀਰੀਅੰਸ ਅਰਜੀ ਜਦ ਵੀ ਤੁਸੀਂ ਜੇ ਲੈਟਸ ਜਿਵੇਂ ਆਪਣੇ ਤੁਸੀਂ ਹਸਬੰਡ ਨਾਲ ਤੁਸੀਂ ਆਉਂਦੇ ਹੋ ਤਾਂ ਤੁਸੀਂ ਜੇ ਗਿਫਟ ਖਰੀਦਣਾ ਹੁੰਦਾ ਤਾਂ ਸਭ ਤੋਂ ਪਹਿਲਾ ਸ਼ੋਰੂਮ ਕਿਹੜਾ ਮਾਈਂਡ ਚ ਆਉਂਦਾ ਇੱਕ ਕਈਆਂ ਦਾ ਮੈਨੂੰ ਫਿਕਸ ਹੁੰਦਾ ਕਿ ਨਹੀਂ ਆਪਾਂ ਇੱਥੇ ਜਾਣਾ ਇੱਥੇ ਮਤਲਬ ਜੇ ਉਹਨੂੰ ਰੈਗੂਲਰ ਕਿਸੇ ਨੂੰ ਚਾਹੀਦੇ ਆ ਤਾਂ ਕਈ ਵਾਰੀ ਜੈਕ ਐਂਡ ਜੋਨਸ ਤੋਂ ਮਿਲ ਜਾਂਦੇ ਆ ਹਿਊਗੋ ਬੌਸ ਤੋਂ ਮਿਲ ਜਾਂਦੇ ਆ ਇਹ ਮੇਨ ਚੀਜ਼ਾਂ ਨੇ ਮਿਲ ਜਾਂਦੀਆਂ ਨੇ ਤੇ ਜੇ ਤੁਸੀਂ ਮੇਰਾ ਪੁੱਛੋ ਹਾਂਜੀ ਤੇ ਐਜ਼ ਅ ਵਿਮਨ ਜਿਹੜੇ ਕਿਚਨ ਚ ਕੰਮ ਕਰਦੇ ਆ ਜਿਨ੍ਹਾਂ ਨੂੰ ਕਿਚਨ ਚ ਕੰਮ ਕਰਨਾ ਪਸੰਦ ਆ ਮੇਰੀ ਸ਼ਕਲ ਤੋਂ ਪਤਾ ਲੱਗਦਾ ਕਿ ਨਹੀਂ ਬਟ ਆਈ ਲਵ ਕੁਕਿੰਗ ਹਾਂਜੀ ਆਈ ਕੈਨ ਕੁਕ ਰੀਲੀ ਵੈਲ ਤੇ ਉਹਦੇ ਲਈ ਆ ਮੇਰਾ ਫੇਵਰਿਟ ਸਟੋਰ ਹੈ ਥਿੰਕ ਕਿਚਨ ਸੋ ਮੈਂ ਲਾਸਟ ਵੀਕ ਲਾਸਟ ਮੰਥ ਨਾਈਫਸ ਦਾ ਸੈੱਟ ਲੈ ਕੇ ਗਈ ਹਾਂ ਤੋ ਬਿਊਟੀਫੁਲ ਸੈੱਟ ਗੋਲਡਨ ਕਲਰ ਦਾ ਹੁਣ ਮੈਨੂੰ ਥੋੜਾ ਚਾਹ ਚੜਿਆ ਸੋ ਸਪੈਚੂਲਾ ਮੇਰੇ ਕੋਲ ਗੋਲਡਨ ਆ ਨਾਈਫਸ ਮੇਰੇ ਕੋਲ ਗੋਲਡਨ ਬਲੈਕ ਆ ਤੇ ਫਿਰ ਮੇਰੇ ਕੋਲ ਸਪੂਨਸ ਫੋਰਕ ਵੀ ਗੋਲਡਨ ਹੈਗੇ ਨੇ ਸੋ ਗੋਲਡ ਦਾ ਮੈਨੂੰ ਥੋੜਾ ਚਾਹ ਚੜਿਆ ਹੋਇਆ ਸੋ ਉਹ ਗੋਲਡ ਨੂੰ ਮੈਚ ਕਰਨ ਦੇ ਲਈ ਮੈਂ ਪੂਰਾ ਨਾਈਫ ਦਾ ਸੈੱਟ ਲੈ ਕੇ ਗਈ ਹਾਂ ਬਿਊਟੀਫੁਲ ਜੇ ਕਿਚਨ ਦੀ ਐਕਸੈਸਰੀ ਚਾਹੀਦੀ ਹੈ ਤਾਂ ਇੱਥੇ ਆਇਆ ਜਾ ਸਕਦਾ ਜੀ ਜੀ ਐਗਜੈਕਟਲੀ ਪਲੇਨ ਜਾ ਰਹੇ ਆ ਜੀ ਨਾਲ ਨਾਲ ਤੇ ਨਾਲ ਨਾਲ ਅਸੀਂ ਘੁੰਮ ਰਹੇ ਆ ਅਸੀਂ ਤੁਹਾਨੂੰ ਆਈਡੀਆਜ਼ ਦੇ ਰਹੇ ਆ ਤੁਸੀਂ ਵੀ ਆਪਣੇ ਆਈਡੀਆ ਦਿਓ ਸੋ ਮੈਂ ਤਾਂ ਦੱਸਤਾ ਜੀ ਕਿ ਕਿਹੜੇ ਕਿਹੜੇ ਜਿਹੜੇ ਆਊਟਲੈਟ ਦੇ ਵਿੱਚ ਸਟੋਰ ਹੈਗੇ ਆ ਜਿਹੜੇ ਪਹਿਲੇ ਨੰਬਰ ਤੇ ਦਿਮਾਗ 'ਚ ਆਉਂਦੇ ਆ ਬਨਾਨਾ ਰਿਪਬਲਿਕ ਹਿਊਗੋ ਬੌਸ ਜੈਕ ਐਂਡ ਜੋਨਸ ਹੁਣੇ ਨਵਾਂ ਥੋੜੇ ਟਾਈਮ ਪਹਿਲਾਂ ਖੁੱਲਿਆ ਪਹਿਲਾਂ ਜਦੋਂ ਇਹ ਸਟਾਰਟ ਹੋਇਆ ਸੀ ਕਿਹੜਾ ਵਾਲਾ ਨਵਾਂ ਖੁੱਲਿਆ ਜੈਕ ਐਂਡ ਜੋਨਸ ਹੁੰਦਾ ਨਹੀਂ ਜੈਕ ਐਂਡ ਜੋਨਸ ਹੁਣ ਇੱਥੇ ਆਉਣ ਲੱਗ ਗਏ ਹੈਗੇ ਸੋ ਉਹ ਚੀਜ਼ਾਂ ਪਹਿਲੇ ਨੰਬਰ ਤੇ ਆਉਂਦੀਆਂ ਨੇ ਓਕਫੋਰਡ ਤੋਂ ਨੰਬਰ ਦੀ ਕੱਪੜੇ ਮਿਲ ਜਾਂਦੇ ਆ ਕੋਲਹਾਮ ਤੋਂ ਵਧੀਆ ਮੁੰਡਿਆਂ ਦੇ ਮਿਲ ਜਾਂਦੇ ਆ ਸੋ ਉਹ ਮੇਰੇ 4-5 ਸਟੋਰ ਨੇ ਗੋ ਟੂ ਸਟੋਰ ਕਿ ਜਿੱਥੋਂ ਤੁਹਾਨੂੰ ਜੇ ਮਿਲ ਜਾਂਦੀ ਹੈ ਸੋ ਜੇ ਤੁਸੀਂ ਖੁਦ ਲੈਣਾ ਹੋਵੇ ਚੀਜ਼ ਤਾਂ ਤੁਸੀਂ ਕਿੱਥੋਂ ਲੈਂਦੇ ਆ ਮੈਂ ਇੱਥੇ ਦੱਸਾਂ ਤੇ ਮੈਂ ਇੱਕ ਬਹੁਤ ਘੱਟ ਹੀ ਵਿਜ਼ਿਟ ਕੀਤਾ ਹੈ ਮਤਲਬ ਇੰਨਾ ਵੀ ਨਹੀਂ ਸਿਰਫ ਲਾਈਕ ਵੈਸੇ ਜੇ ਆਪਾਂ ਯੂ ਨੋ ਜਦ ਕਰਦੇ ਆਏ ਸੀਗੇ ਫੈਮਿਲੀ ਆਉਂਦੀ ਤਾਂ ਤਾਂ ਹੀ ਆਪਾਂ ਸ਼ਾਪਿੰਗ ਦਾ ਜ਼ਿਆਦਾ ਸੋਚਦੇ ਕਿ ਚਲੋ ਆਪਾਂ ਸ਼ਾਪਿੰਗ ਕਰ ਲਈ ਕਰਦੇ ਲਈ ਤਾਂ ਜਦ ਇੱਥੇ ਆਏ ਸੀਗੇ ਫੇਰ ਤਾਂ ਜੀ ਆਪਣੀ ਮੇਰੇ ਮਦਰ ਜਿਹੜੇ ਹੈਗੇ ਜਿੱਥੇ ਮੈਨੂੰ ਲੈ ਗਏ ਸਭ ਉੱਥੇ ਇੰਟਰ ਕਰ ਲਏ ਮੈਨੂੰ ਸ਼ੋਰੂਮ ਹੁਣ ਯਾਦ ਨਹੀਂ ਜਿਵੇਂ ਤੁਸੀਂ ਦੱਸਿਆ ਯੂਗੋ ਬੌਸ ਹੋ ਗਿਆ ਜਾਂ ਕੋਈ ਜਿਵੇਂ ਕੈਲਵਿਨ ਕਲੇਨ ਹੋ ਗਿਆ ਜੀ 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 ਬ੍ਰਾਊਜ਼ ਕਰਨ ਦੇ ਬੇਸਿਸ ਤੇ ਆਇਆ ਤਾਂ ਹਰ ਇੱਕ ਸ਼ੋਰੂਮ ਆਪਣੇ ਆਪਣੇ ਥਾਂ ਤੇ ਵਧੀਆ ਹੈਗੇ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਕੰਫਰਟ ਤੇ ਵਧੀਆ ਮਟੀਰੀਅਲ ਕਿੱਥੋਂ ਮਿਲੇ ਸਮ ਟਾਈਮਸ ਹੁੰਦਾ ਕਿ ਬ੍ਰਾਂਡ ਮੈਟਰ ਨਹੀਂ ਕਰਦਾ ਸਮ ਟਾਈਮਸ ਤੁਹਾਨੂੰ ਯੂਗੋ ਬੌਸ ਤੇ ਜਾਂ ਵੱਡੇ ਤੋਂ ਵੱਡਾ ਵਰਸਾਤ ਦੇ ਬ੍ਰਾਂਡ ਤੇ ਤੁਸੀਂ ਜਾਓਗੇ ਅੱਛਾ ਮੇਰਾ ਐਕਸਪੀਰੀਅੰਸ ਬ੍ਰਾਂਡ ਦੇ ਨਾਲ ਕੀ ਹੋਇਆ ਮੈਂ ਗਾਣਿਆਂ 'ਚ ਸੁਣਿਆ ਅਮੀਰੀ ਅਮੀਰੀ ਹੈਨਾ ਅਮੀਰੀ ਬੌਸ ਹੈਨਾ ਤੇ ਬਈ ਮੈਂ ਕਿਹਾ ਵੀ ਅਮੀਰੀ ਜਾਣਾ ਚਾਹੀਦਾ ਆਪਾਂ ਅਮੀਰੀ ਗਏ ਤੇ ਮਟੀਰੀਅਲ ਸੌਰੀ ਮੇਬੀ ਬਹੁਤ ਸੋਹਣੇ ਹੋਣਗੇ ਚਲੋ ਕੋਈ ਨਾ ਕਿਹੜਾ ਸਪਾਂਸਰ ਹੈ ਹਾਂ ਤੇ ਪਰ ਕਈਆਂ ਨੂੰ ਹਰਟ ਹੋ ਸਕਦਾ ਨਾ ਜਿਨ੍ਹਾਂ ਨੇ ਪੈਸੇ ਲਾਏ ਹੋਣਗੇ ਹਾਂ ਇਟਸ ਜੇ ਪੈਸੇ ਵੀ ਇੱਕ ਸਾਈਡ ਤੇ ਰੱਖ ਦਿਓ ਤੁਸੀਂ ਜਿਹੜੀਆਂ ਉਹਨਾਂ ਦੀਆਂ ਟੀ-ਸ਼ਰਟਸ ਹੈਗੀਆਂ ਨੇ ਉਹਨਾਂ ਦਾ ਮਟੀਰੀਅਲ ਮੇਬੀ ਉਸੇ ਸਟੋਰ ਤੇ ਸੀ ਮੇਬੀ ਮੈਨੂੰ ਨਹੀਂ ਪਤਾ ਕੀ ਸੀ ਬਟ ਉਹ ਤਾਂ ਮਤਲਬ ਬਸ ਇੱਕ ਬ੍ਰਾਂਡ ਸੀ ਹਾਂ ਜਿਹੜੇ ਤੁਸੀਂ ਗਾਣਿਆਂ 'ਚ ਚਮਕੀਲੀ ਭੜਕੀਲੀਆਂ ਦੇਖਦੇ ਹੋ ਉਹ ਗਾਣਿਆਂ 'ਚ ਸੋਹਣੀਆਂ ਲੱਗਦੀਆਂ ਉਹਨਾਂ ਦਾ ਫੇਰ ਵੀ ਜਿਹੜਾ ਮਟੀਰੀਅਲ ਸੋਹਣਾ ਸੀਗਾ ਪਰ ਨਹੀਂ ਉਹ ਵਰਥ ਨਹੀਂ ਸੀ ਸਮ ਟਾਈਮਸ ਉਹ ਚੀਜ਼ਾਂ ਵਰਥ ਨਹੀਂ ਹੁੰਦੀਆਂ ਸਮ ਟਾਈਮਸ ਤੁਹਾਨੂੰ ਛੋਟੇ ਤੋਂ ਛੋਟੇ ਬ੍ਰਾਂਡ ਤੋਂ ਵੀ ਵਧੀਆ ਮਟੀਰੀਅਲ ਵਧੀਆ ਚੀਜ਼ ਤੇ ਕੰਫਰਟੇਬਲ ਕਲੋਥਸ ਜਿਹੜੇ ਉਹ ਮਿਲ ਜਾਂਦੇ ਆ ਸੋ ਐਟ ਦ ਐਂਡ ਕੰਫਰਟ
ਜਿਹੜਾ ਆ ਉਹ ਮੈਟਰ ਕਰਦਾ ਹੈ ਕਿ ਕਿੱਥੇ ਤੁਸੀਂ ਕੰਫਰਟ ਹੈ ਚਾਹੇ ਤੁਸੀਂ ਕੱਪੜੇ ਜਿੱਥੋਂ ਮਰਜ਼ੀ ਲੈ ਕੇ ਪਾ ਲਓ ਪਰ ਕੰਫਰਟੇਬਲ ਹੋਣੇ ਚਾਹੀਦੇ ਆ ਤੇ ਤੁਹਾਡੇ ਪਾਏ ਜਚਨੇ ਹੋਣੇ ਚਾਹੀਦੇ ਦੈਟਸ ਆਲ ਇਟ ਮੈਟਰਸ ਬਸ ਮੈਂ ਉਹੀ ਤਾਂ ਹੀ ਮੈਂ ਕਲੋਜ਼ਿੰਗ ਸਟੇਟਮੈਂਟ ਆ ਦੇ ਰਿਹਾ ਸੀਗਾ ਚਾਹੇ ਉਹ ਆਪਾਂ ਲੂਈ ਵਟਾਉਨ ਦਾ ਲਿੱਤਾ ਹੋਇਆ ਪਰ ਘੁੰਮ ਫਿਰ ਕੇ ਕਦੇ ਕਦਾਰ ਓਲਡ ਨੇਵੀ ਵਾਲਾ ਵੀ ਵਧੀਆ ਲੱਗਦਾ ਵਧੀਆ ਮਿਲ ਜਾਂਦਾ ਯੂ ਨੈਵਰ ਨੋ ਤੁਹਾਨੂੰ ਕਿੱਥੇ ਚੀਜ਼ ਮਿਲ ਜਾਵੇ ਤੇ ਕਈ ਵਾਰੀ ਤੁਹਾਨੂੰ ਟੀ-ਸ਼ਰਟਸ ਜਾਂ ਹੁੱਡੀਜ਼ ਤੁਹਾਨੂੰ ਸਪੋਰਟ ਚੈੱਕ ਤੋਂ ਫੁੱਟ ਲੋਕਰ ਤੋਂ ਇੰਨੀਆਂ ਵਧੀਆ ਮਿਲ ਜਾਂਦੀਆਂ ਨੇ ਕਿ ਉਹ ਤੁਸੀਂ ਜਿੰਨੀ ਮਰੀ ਮਰਜ਼ੀ ਪਾ ਲਓ ਖਰਾਬ ਨਹੀਂ ਹੁੰਦੀਆਂ ਤੇ ਤੁਹਾਨੂੰ ਵਨ ਆਫ ਦਾ ਫੇਵਰਿਟ ਮਿਲ ਜਾਂਦੀਆਂ ਤੇ ਉਹ ਜਦੋਂ ਖਰਾਬ ਵੀ ਹੋਣ ਲੱਗਦੀਆਂ ਨਾ ਪਰ ਦਿਲ ਜਿਹਾ ਖਰਾਬ ਹੁੰਦਾ ਵੀ ਹਾਏ ਕਾ ਤੋਂ ਖਰਾਬ ਹੋ ਗਈਆਂ ਚਾਹੇ ਤੁਹਾਡੇ ਕੋਲ ਹਜ਼ਾਰਾਂ ਟੀ-ਸ਼ਰਟਸ ਸਾਡੇ ਕਲੋਜ਼ਟ 'ਚ ਪਈਆਂ ਹੋਣ ਇਹ ਨਾ ਇੱਕ ਟਾਈਪ ਦੀ ਸੈਟੀਸਫੈਕਸ਼ਨ ਹੈ ਵੈਸੇ ਮਾਈਂਡ ਦਾ ਆਪਣਾ ਮੈਂਟਲੀ ਸੈਟੀਸਫੈਕਸ਼ਨ ਹੈ ਕਿ ਸਾਨੂੰ ਕਿਹੜਾ ਚੀਜ਼ ਕੰਫਰਟੇਬਲ ਕਰਦੀ ਹੈ ਰਾਈਟ ਤੇ ਹੁਣ ਆਪਾਂ ਦੇਖ ਰਹੇ ਕਿ ਆਪਾਂ ਅਰਸ਼ੀ ਦੇਖ ਲਓ ਵੈਸੇ ਕਿੰਨਾ ਆਪਾਂ ਤੁਰਦੇ ਤੁਰਦੇ ਤੁਰੀ ਜਾ ਰਹੇ ਆ ਤੁਰੀ ਜਾ ਰਹੇ ਆ ਬੜਾ ਖਤਮ ਹੋਣ ਨੂੰ ਨਹੀਂ ਆਉਂਦੇ ਸ਼ੁਰੂ ਵਿੱਚ ਅਸੀਂ ਬਸ ਉੱਥੇ ਆ ਗਏ ਆ ਜਿੱਥੇ ਸਾਨੂੰ ਕੈਬ ਭੁੱਖ ਵਾਜਾ ਮਾਰ ਰਹੀ ਹੈ ਸਾਡੀ ਸੋ ਇਧਰ ਨਾਈਕੀ ਹੈ ਜੀ ਵੱਡਿਆਂ ਦਾ ਛੋਟਿਆਂ ਦਾ ਨਿੱਕਿਆਂ ਦਾ ਹਰ ਕਿਸੇ ਦਾ ਫੇਵਰਿਟ ਸਟੋਰ ਹੈਗਾ ਹਾਂ ਨਿੱਕਿਆਂ ਦਾ ਨਾਈਕੀ ਹਰ ਕਿਸੇ ਨੂੰ ਜਿਹੜਾ ਇਹ ਸਟੋਰ ਜਿਹੜਾ ਪਸੰਦ ਲੱਗਦਾ ਸਾਰਿਆਂ ਦਾ ਮੈਨੂੰ ਲੱਗਦਾ ਕਰਨ ਹੁਣ ਇਸ ਏਜ 'ਚ ਆ ਗਈ ਆ ਮੈਂ ਕਿ ਜਿੱਥੇ ਕੰਫਰਟ ਜਿਹੜਾ ਆ ਉਹ ਜ਼ਿਆਦਾ ਮੈਟਰ ਕਰਦਾ ਸੋ ਜਿਹੜੀ ਚੀਜ਼ ਤੁਹਾਨੂੰ ਕੰਫਰਟੇਬਲ ਲੱਗਦੀ ਆ ਉੱਥੇ ਤੁਸੀਂ ਭੱਜੇ ਭੱਜੇ ਜਾਂਦੇ ਆ ਉਹ ਨਾਈਕੀ ਵਗੈਰਾ ਐਡੀਡਸ ਵਗੈਰਾ ਕੰਫਰਟੇਬਲ ਫੀਲ ਕਰਾਉਂਦੇ ਆ ਸੋ ਤੁਸੀਂ ਉਹ ਸ਼ੂ ਲਓ ਆਪਦੇ ਵਾਕ ਕਰੋ ਐਂਡ ਯੂ ਆਰ ਗੁੱਡ ਟੂ ਗੋ ਸੋ ਇੱਧਰ ਆ ਗਿਆ ਜੀ ਖਾਣ ਪੀਣ ਦਾ ਏਰੀਆ ਤੇ ਉੱਥੇ ਇੱਕ ਵਾਟਰ ਨੂੰ ਤੁਸੀਂ ਦੇਖੋ ਫਾਊਂਟੇਨ ਹੈਗੇ ਨੇ ਤੇ ਬੱਚੇ ਇੱਥੇ ਵੀ ਬੜਾ ਲਾਈਕ ਕਰਦੇ ਨੇ ਇੱਥੇ ਵੀ ਆ ਕੇ ਇੰਜੋਏ ਕਰਦੇ ਨੇ ਸੋ ਬੱਚਿਆਂ ਨੂੰ ਛੱਡ ਦਿੱਤਾ ਜਾਂਦਾ ਹੈ ਇੱਥੇ ਤੇ ਕਈ ਵਾਰੀ ਬੱਚਿਆਂ ਦੇ ਚੇਂਜ ਕਲੋਥ ਲੈ ਆਉਂਦੇ ਆ ਮਾਂ ਪਿਓ ਇੱਥੇ ਬੈਂਚ ਤੇ ਬੈਠ ਕੇ ਜਿਹੜਾ ਉਹ ਫਨ ਕਰਦੇ ਆ ਤੇ ਨਾਲ ਨਾਲ ਇੱਥੇ ਬੱਚੇ ਜਿਹੜਾ ਪਲੇ ਕਰਦੇ ਆ ਤੇ ਨਾਲ ਖਾਇਆ ਪੀਆ ਵੀ ਜਾ ਸਕਦਾ ਸੋ ਇੱਥੇ ਤੁਸੀਂ ਜਿਹੜਾ ਮੈਂ ਬੀਬੋ ਪੀਜ਼ਾ ਕਹਿੰਦੀ ਸੀ ਦਿਸ ਇਜ਼ ਮਾਈ ਫੇਵਰਿਟ ਸਟੋਰ ਸੋ ਇਹ ਮੇਰਾ ਵਨ ਆਫ ਦਾ ਫੇਵਰਿਟ ਰੈਸਟੋਰੈਂਟ ਕਹਿ ਲਓ ਬੈਠ ਕੇ ਖਾਣ ਵਾਲੀ ਪਲੇਸ ਕਹਿ ਲਓ ਸੋ ਇੱਥੇ ਮੈਂ ਮੋਸਟਲੀ ਆਉਂਦੀ ਹਾਂ ਤੁਸੀਂ ਦੱਸੋ ਤੁਸੀਂ ਕਿੱਥੇ ਆਉਂਦੇ ਆ ਫਿਰ ਉੱਧਰ ਐਂਡ ਦੇ ਉੱਤੇ ਜਾ ਕੇ ਜਾਪਾ ਡੋਗ ਆ ਦਿਸ ਇਜ਼ ਮਾਈ ਫੇਵਰਿਟ ਤੇ ਹੋਰ ਵੀ ਬਹੁਤ ਸਾਰੇ ਸਟੋਰ ਜਾਪਾ ਡੋਗ ਤੁਸੀਂ ਮੈਂਸ਼ਨ ਕਰਿਆ ਜਾਪਾ ਡੋਗ ਮੈਨੂੰ ਮੈਂ ਜਿੰਨੀ ਵਾਰ ਆਇਆ ਮੈਨੂੰ ਹਮੇਸ਼ਾ ਹੀ ਲੱਗਦਾ ਕਿ ਉਹ ਆਪਣਾ ਲਈ ਮੇਰੇ ਲਈ ਵੈਜੀਟੇਰੀਅਨ ਵਾਲੇ ਵਾਸਤੇ ਦੇ ਇਸ ਅ ਵੈਜੀਟੇਰੀਅਨ ਆਪਸ਼ਨ ਅੱਛਾ ਸੋ ਤੁਸੀਂ ਉੱਥੇ ਇੱਕ ਆਪਸ਼ਨ ਹੈਗੀ ਉਹਨਾਂ ਕੋਲ ਵੈਜੀਟੇਰੀਅਨ ਜੇ ਤੁਹਾਨੂੰ ਮੈਨੂ 'ਚ ਨਹੀਂ ਦੇਖ ਰਹੀ ਤੁਸੀਂ ਪਰਸਨਲੀ ਉਹਨਾਂ ਨੂੰ ਪੁੱਛੋ ਇਸ ਦੇ ਐਨੀ ਵੈਜੀਟੇਰੀਅਨ ਹੌਟ ਡੌਗ ਤਾਂ ਉਹ ਫਿਰ ਤੁਹਾਨੂੰ ਜਿਹੜਾ ਉਹ ਵੈਜੀ ਹੌਟ ਡੌਗ ਦੇ ਦੇਣਗੇ ਫਿਰ ਉਹ ਵੈਜੀਟੇਰੀਅਨ ਦੇ ਦਿੰਦੇ ਆ ਫਿਰ ਹੋਰ ਚੀਜ਼ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਸ਼ਾਇਦ ਕੀ ਮਿਕਸ ਕੀਤਾ ਹੋਊਗਾ ਕਿੱਦਾਂ ਦਾ ਹੋਊਗਾ ਜਾਂ ਕਿੰਨਾ ਤੋਂ ਟੇਸਟ ਨਹੀਂ ਬਣਦਾ ਆ ਕੇ ਕਿ ਇਹ ਕਿੱਦਾਂ ਦਾ ਕੀ ਖਵਾ ਦਿੱਤਾ ਸੋ ਉਹ ਕੁਝ ਨਾ ਖਾਓ ਉਹ ਤੁਹਾਨੂੰ ਨਾ ਇੱਕ ਆਈਸਕ੍ਰੀਮ ਦਿੰਦੇ ਆ ਤੇ ਉਹ ਦਿੰਦੇ ਆ ਕਹਿ ਸਕਦੇ ਆ ਕਿ ਫਰਾਈ ਕੀਤੀ ਹੋਈ ਆਈਸਕ੍ਰੀਮ ਸੋ ਉਹ ਤੁਸੀਂ ਅਲੱਗ ਅਲੱਗ ਤਰ੍ਹਾਂ ਦੀ ਆਈਸਕ੍ਰੀਮ ਜਿਹੜੀ ਆ ਉਹ ਖਾ ਸਕਦੇ ਆ ਸੋ ਉਹ ਬਹੁਤ ਵਨ ਆਫ ਮਾਈ ਫੇਵਰਿਟ ਹੈਗੀ ਆ ਤੁਸੀਂ ਉਹ ਜਿਹੜਾ ਟਰਾਈ ਕਰ ਸਕਦੇ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਹੁਣ ਤਾਂ ਬਹੁਤ ਸਟੋਰ ਖੁੱਲ੍ਹ ਗਏ ਆ ਕਰਨ ਪਹਿਲਾਂ ਪਹਿਲਾਂ ਤਾਂ ਜਦੋਂ ਇਹ ਓਪਨਿੰਗ ਹੋਈ ਆ ਇਹਦੀ ਆਫੀਸ਼ੀਅਲ ਓਪਨਿੰਗ ਉਦੋਂ ਸਿਰਫ ਉਹ ਜਾਪਾ ਡੌਗ ਵਾਲੇ ਇੱਕ ਰੇੜੀ ਲਾਉਂਦੇ ਹੁੰਦੇ ਸੀਗੇ ਸੋ ਟ੍ਰੇਨ ਇੱਕ ਹੋਰ ਆ ਗਿਆ ਜੀ ਮੈਂ ਇੱਕ ਉਸ ਤੋਂ ਮੈਂ ਸੋਚ ਰਿਹਾ ਸੀਗਾ ਕਿ ਆਪਾਂ ਜਿਸ ਟਾਈਮ ਤੁਸੀਂ ਕਿਹਾ ਕਿ ਜਾਪਾ ਡੌਗ ਦੇਖੋ ਵੈਸੇ ਤਾਂ ਬੜੀ ਕਾਮਨਲੀ ਆਪਾਂ ਕੈਨੇਡਾ ਚ ਰਹਿੰਦੇ ਰਹੇ ਜਿਵੇਂ ਹੌਟ ਡੌਗ ਹੁੰਦਾ ਤੇ ਆਪਾਂ ਲੈ ਕੇ ਆਪਣੇ ਜਿਵੇਂ ਕਈ ਵਾਰ ਬਜ਼ੁਰਗ ਵੀ ਜਾਂਦੇ ਤੇ ਵੈਜੀਟੇਰੀਅਨ ਖਾਣ ਦਾ ਮਨ ਕਰਦਾ ਹੈ ਕੁਛ ਉਹ ਜਾਪਾ ਡੌਗ ਜਿਵੇਂ ਤੁਸੀਂ ਕਿਹਾ ਪੁੱਛ ਲਓ ਉਹਨਾਂ ਨੂੰ ਪਰ ਜੇ ਉਹਨਾਂ ਨੇ ਹੌਟ ਡੌਗ ਵਾਲੀ ਸ਼ੇਪ 'ਚ ਹੀ ਦੇਤਾ ਤਾਂ ਤੁਸੀਂ ਕਨਫਿਊਜ਼ ਨਹੀਂ ਹੋਣਾ ਕਈ ਵਾਰ ਉਹ ਚਿਕ ਪੀ ਦਾ ਬਣਿਆ ਹੁੰਦਾ ਹਾਂਜੀ ਹਾਂਜੀ ਤਾਂ ਇਸ ਲਈ ਉਹ ਨਾਨ ਵੈਜ ਨਹੀਂ ਹੋਊਗਾ ਹਾਂਜੀ ਸੋ ਵੈਜੀਟੇਰੀਅਨ ਹੈਗਾ ਆ ਤੇ ਨਾਲ ਨਾਲ ਜਿਵੇਂ ਮੈਂ ਕਿਹਾ ਸੀ ਇਹਨਾਂ ਨੇ ਫੂਡ ਟਰੱਕ ਤੋਂ ਸ਼ੁਰੂ ਕੀਤਾ ਸੀ ਤੇ ਹੁਣ ਇਹਨਾਂ ਦਾ ਰਾਈਟ ਹੈਂਡ ਸਾਈਡ ਦੇ ਉੱਤੇ ਪੂਰਾ ਇੱਕ ਰੈਸਟੋਰੈਂਟ ਹੈਗਾ ਬੈਠ ਕੇ ਖਾਇਆ ਜਾ ਸਕਦਾ ਤੇ ਇੰਜੋਏ ਕੀਤਾ ਜਾ ਸਕਦਾ ਸੋ ਜਦੋਂ ਤੁਸੀਂ ਥੱਕ ਗਏ ਤਾਂ ਆ ਲੱਗੇ ਹੋਏ ਆ ਜੀ ਬੈਂਚ ਤੇ ਇਹਨਾਂ ਬੈਂਚਾਂ ਦੇ ਉੱਤੇ ਬੈਠਿਆ ਜਾ ਸਕਦਾ ਸੋ ਬੜਾ ਵਧੀਆ ਲੱਗਦਾ ਕਿ ਜਦੋਂ ਇੱਥੇ ਆ ਕੇ ਲੋਕ ਇੰਜੋਏ ਕਰਦੇ ਆ ਤੇ ਇੱਕ ਕੰਸਟਰਕਟ ਵੀ ਬੜਾ ਵਧੀਆ ਕੀਤਾ ਹੋਇਆ ਤੁਸੀਂ ਇਹਦਾ ਤੁਸੀਂ ਆਰਕੀਟੈਕਚਰ ਜੇ ਤੁਸੀਂ ਦੇਖਦੇ ਆ ਤੇ ਇਹ ਤੁਹਾਨੂੰ ਫੀਲ ਹੀ ਹੋਰ ਦਿੰਦਾ ਜਿਵੇਂ ਤੁਸੀਂ ਇਟਲੀ ਵਗੈਰਾ ਚ ਤੁਰੇ ਫਿਰਦੇ ਆ ਰਾਈਟ ਸੋ ਉਹ ਵੀ ਵਾਤੇ ਬਹੁਤ ਸਾਰੇ ਗਾਣੇ ਵੀ ਇੱਥੇ ਸ਼ੂਟ ਹੋਏ ਆ ਜੀ ਆਪਣੇ ਪੰਜਾਬੀ ਸੌਂਗ ਹਜੇ ਮੈਨੂੰ ਰੀਸੈਂਟਲੀ ਯਾਦ ਨਹੀਂ ਆ ਰਿਹਾ ਬਟ ਮੈਂ ਦੇਖਿਆ ਜ਼ਰੂਰ ਹੈ ਕਿਸੇ ਇੱਕ ਵੀਡੀਓ ਸੌਂਗ ਚ ਵੀ ਇਹਨਾਂ ਨੇ ਲਿੱਤਾ ਹੋਇਆ ਆ ਪੂਰਾ ਏਰੀਆ ਜੀ ਜੀ ਤੇ ਪਰ ਅਰਜੀ ਇਹ ਵਾਲੀ ਪਲੇਸ ਜਿਹੜੀ ਮੈਂ ਕਰਤੂਰ ਹੈਗੀ ਹੈ ਮੈਂ ਆ ਦੱਸਣਾ ਚਾਹੂੰਗਾ ਦਰਸ਼ਕਾਂ ਨੂੰ ਕਿ ਇਹ ਪਲੇਸ ਕ੍ਰਿਸਮਸ ਲਈ ਬੜੀ ਮਸ਼ਹੂਰ ਹੈ ਇੱਥੇ ਬਹੁਤ ਵੱਡਾ ਟ੍ਰੀ ਇੱਥੇ ਹੀ ਹਾਂਜੀ ਇਹਦੇ ਨੇੜੇ ਹੀ ਪਿੱਛੇ ਪਿਛਲੀ ਸਾਈਡ ਦੇ ਉੱਤੇ ਉਧਰ ਵਾਲੀ ਸਾਈਡ ਦੇ ਉੱਤੇ ਬਹੁਤ ਹਿਊਜ ਜੁਆਇੰਟ ਕ੍ਰਿਸਮਸ ਟ੍ਰੀ ਸੈਟਅਪ ਕੀਤਾ ਹੋਇਆ ਹੁੰਦਾ ਤੇ ਨਾਲ ਨਾਲ ਵਾਲਸ ਓਰਨਾਮੈਂਟ ਵਰਗੀ ਡੈਕੋਰੇਸ਼ਨ ਕੀਤੀ ਹੁੰਦੀ ਹੈ ਤਾਂ ਕਿ ਤੁਸੀਂ ਇੱਥੇ ਪਿਕਚਰਸ ਜਿਹੜੀਆਂ ਉਹ ਕਰਵਾ ਸਕੋ ਸੋ ਬਹੁਤ ਹੀ ਜੁਆਇੰਟ ਕ੍ਰਿਸਮਸ ਟ੍ਰੀ ਇੱਥੇ ਜਿਹੜਾ ਉਹ ਸੈਟਅਪ ਕੀਤਾ ਹੁੰਦਾ ਤੇ ਨਾਲ ਨਾਲ ਸੈਟਅਪ ਕੀਤਾ ਹੁੰਦਾ ਇੱਥੇ ਕ੍ਰਿਸਮਸ ਦੇ ਲਈ ਹੋਰ ਬਹੁਤ ਕੁਝ ਸੋ ਇੱਥੇ ਤੁਸੀਂ ਇੰਜੋਏ ਕਰ ਸਕਦੇ ਆ ਆਪਣੀ ਫੈਮਿਲੀ ਦੇ ਨਾਲ ਆ ਸਕਦੇ ਆ ਆਪਣੇ ਵਿਜ਼ਿਟਰਸ ਨੂੰ ਲੈ ਕੇ ਆ ਸਕਦੇ ਆ ਤੇ ਬਹੁਤ ਮੈਂ ਵੇਖ ਰਹੀ ਹਾਂ ਇੱਥੇ ਕਰਨ ਬਹੁਤ ਸਾਰੀਆਂ ਫੈਮਿਲੀਜ਼ ਵਿਜ਼ਿਟਰਸ ਨੂੰ ਲੈ ਕੇ ਆਈਆਂ ਖਾਸ ਕਰਕੇ ਆਪਣੀਆਂ ਫੈਮਿਲੀਜ਼
क्योंकि इन्होंने दिनों के समर है, मम्मी डैडी विजिट करने के लिए आए हुए हैं, पिछले साल मान लो कि दो हफ्ते छुट्टियां मिल दया काम तो लेट्स सपोज ओदा चार दिन होंदिया ने तुसी दो महीने दो हफ्तिया दया मिल दया पर पिछले साल एक हफ्ते छुट्टी की एक हफ्ता छुट्टी उवें ही पई है एड अप हो जाती है अगले साल अगले साल मान लो हूँ होगी थोड़ी तीन हफ्तिया फिर लगता कि मम्मी डैडी ने आना तीन हफ्ते कट्ठे बुक करने हैं पर वो कट्ठे बुक कर नहीं सकते क्योंकि होर इंपलॉय होंगे ना कई बार कर भी सकते होंगे राइट वे पर कई बार कहते हैं तुम्हें पहला बुक कर दो तो जो पहला बुक करने तुम्हें पता कि आ अगस्त का महीना अगस्त के महीने आ तीन हफ्ते मेरे बुक आ मैं छुट्टियां दें तो वह तीन हफ्ते अपने घर फोन लाने भी मैनू आ हफ्ते छुट्टियां ने तुम अपनी टिकटा बुक करा लो सो इस तरह के नाल काम होंगे तो इस करके हूँ लॉन्ग वीकेंड काफ़ी आ जाने ने गांह तक जड़े ने लॉन्ग वीकेंड चलने ने सो लोगों जड़िया ने सेल जे वीकेंड लोंग वीकेंड वेकेशन सारिया समर के तो समर में लोग इंजॉय करते इसे करके वीकडेज हो वीकेंड्स हो पैक्ड अप होंगे सारिया चीज़ा घूमन वाली खास तौर के उ घूमना मैं परसनली भी पसंद है तो शो भी असं कर रहे हैं घूमन के लिए तो असं ट्रैवल कर रहे हैं बीसी एक्सप्लोर कर रहे हैं बीसी ट्रैवल हॉटस्पॉट जी अर्जी फिर आप पिज़्ज़ा वाल चलीए जी जी तुम मैं दस मेरे सामने वाला ਜਿਹੜਾ ਬੀਬੋ ਪੀਜ਼ਾ ਹੈਗਾ ਇਹ ਸਪਾਂਸਰ ਨਹੀਂ ਹੈਗੇ ਜੀ ਸਾਡੇ ਪਰ ਅਸੀਂ ਟ੍ਰਾਈ ਕਰੀਏ ਸੋ ਲੈਟਸ ਗੋ ਐਂਡ ਈਟ ਸਮਥਿੰਗ ਤੇ ਤੁਸੀਂ ਇੰਜੋਏ ਕਰੋ ਤੇ ਦੇਖੋ ਕਿਸ ਤਰ੍ਹਾਂ ਦਾ ਹੈ ਇਹ ਆਊਟਲੈਟ ਪੀਜ਼ਾ ਜੀ ਸਾਡਾ ਆ ਗਿਆ ਕਰਨ ਤੇ ਮੈਂ ਅਸੀਂ ਦੋਨੇ ਵੈਜੀਟੇਰੀਅਨ ਹੈਗੇ ਆ तो वेजिटेरियन पिज़्ज़ा साढ़े कोल हैगा सो इन्हां दा पिज़्ज़ा जिहड़ा है ओवन दे विच कुक करके पूरा मतलब जिहड़ा इंडिया च बिस्कुट वाली पट्टी नहीं हुंदी ओह पट्टी च बना के दिंदे आ सो ए पिज़्ज़ा बहुत ही जिहड़ा थिन पिज़्ज़ा हुंदा आ तो बहुत स्लाइस थिन हुंदी आ इटालियन स्टाइल आ कह सकदे आ तो पिज़्ज़ा तो इटालियन स्टाइल ही हुंदा तो साढ़े अदरक धनिया पा के असीं उहनूं डिफरेंट बना लिया रिच बना लिया स्टाइल पिज़्ज़ा बना लिया भी एक अपना ही स्वाद आ उहदा ते पर जदों इटालियन दी गल आउंदी आ ते उहदा भी अपना स्वाद आ सो असीं इंजॉय करदे आ जी पिज़्ज़ा नूं ते तुसी होर एंजॉय करो मैकआर्थर आउटलेट ट्रैवल हॉटस्पॉट एक्सप्लोर बीसी दे सेगमेंट दे विच अज असीं पहुंचे होए सी फ्लाइट पार्क आयोना बीच ते उस तो बाद मैकआर्थर ग्लेन आउटलेट पहुंचे हुए सी कि जिथे असीं देखिया कि प्लेन व्यू कित्थे आ रहे हैगे ने ते बिल्कुल एयरपोर्ट साडे नाल हैगा सो करन अज बड़े वधिया व्यू देखण नूं मिलिया ते साडे तो ड्रोन चलाणी होया सो तुहाडे सी वधिया वधिया शॉट जिहड़े अज मिस कर दित्ते आ ਆਪਾਂ ਵਧੀਆ ਸ਼ਾਟ ਜ਼ਰੂਰ ਮਿਸ ਕੀਤੇ ਬਟ ਆਪਾਂ ਸਟਿਲ ਕੋਸ਼ਿਸ਼ ਕੀਤੀ ਕਿ ਜਿੰਨੇ ਆਪਣਾ ਕੈਮਰਾ ਜ਼ੂਮ ਕਰ ਸਕਦਾ ਹੈਗਾ ਤੇ ਆਪਾਂ ਉਨੇ ਸ਼ਾਟਸ ਲੈਣ ਦੀ ਕੋਸ਼ਿਸ਼ ਕੀਤੀ ਹੈ ਤੇ ਆਪਾਂ ਤਿੰਨ ਜਗ੍ਹਾ ਮਾ ਕੰਪਲੀਟ ਕੀਤੀ ਹੈਗੀ ਹੈ ਲੈਰੀਬਰਗ ਫਲਾਈਟ ਪਾਰਕ ਤੇ ਉਸ ਦੇ ਨਾਲ ਦੀ ਨਾਲ ਏਅਰਪੋਰਟ ਦੇ ਲਾਗੇ ਲੱਗਦਾ ਹੈ ਜੀ ਆਯੋਨਾ ਰਿਜ ਬੀਚ ਆਯੋਨਾ ਬੀਚ ਤਾਂ ਤੁਸੀਂ ਦੇਖ ਸਕਦੇ ਹੋ ਆਯੋਨਾ ਬੀਚ ਸਾਡੇ ਇਧਰਲੇ ਪਾਸੇ ਹੈ ਆਯੋਨਾ ਬੀਚ ਜਦ ਤੁਸੀਂ ਘੁੰਮ ਕੇ ਆਉਂਦੇ ਹੈਗੇ ਹੋ ਤਾਂ ਜਮਾ ਹੀ ਉਹਦੇ ਨਾਲ ਲੱਗਦਾ ਹੈਗਾ ਏਅਰਪੋਰਟ ਏਅਰਪੋਰਟ ਦੇ ਇਧਰਲੇ ਪਾਸੇ ट्रांसिट दे नाल लगदा टेंपलटन दे नाल लगदा जी मैकआर्थर ग्लेन बिल्कुल जी सो तुहानू किवें लग्गिया अज दा एपिसोड जरूर दस्सिओ जरूर फीडबैक दिओ तुहाडी फीडबैक दा इंतजार रहेगा अगले हफ्ते नवे एपिसोड दे नाल तुहाडी साडी फिर तो मुलाकात होवेगी करन चलिए जी बस जी आपां जाण तों पहलां कहांगे सानू प्लीज फीडबैक जरूर दिया करो ते आपां तुहाडा हमेशा फीडबैक नूं फॉलो करन दी कोशिश करांगे बिल्कुल जी सो अगले हफ्ते मिलांगे साडे वल्लों सत श्री अकाल सत श्री अकाल ਜਾਵਾਂ ਉਹ ਵਿਚਾਲੇ ਜਾਵਾਂ ਰਹਿਣ ਤੋਂ ਸਲਿਪ ਕਲੱਪ ਹੋ ਜਾਣਾ ਤੁਸੀਂ ਰਹਿਣ ਪਰ ਪਲੇਨ ਦੇਖ ਲਓ ਪਰ ਤੁਸੀਂ ਕਲੋਜ਼ਿੰਗ ਰੱਖਦੇ ਜੀ ਅਰਜੀ ਤੇ ਸਮਝ ਜਿਓ ਬਸ ਜੀ ਅਰਜੀ ਚੱਲੀਏ ਫਿਰ ਮੈਂ ਆਈ ਹਾਂਜੀ ਸਾਡੇ ਦੋਨਾਂ ਦੇ ਵੱਲੋਂ ਤੁਹਾਨੂੰ ਓਕੇ 3 2 1 HP Singh Chatter Store presents Travel Hotspot Explore BC.